ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ਼ ਮਹਾ ਤੁਹਾਡੀ ਹੋਸਟ ਨੀਰਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਉਸਾਨੇ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਜੀ ਰਾਜ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਰਾਜ ਸਾਹਿਬ ਅੱਜ 4 ਫਰਵਰੀ 2021 22 ਮਾਘ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਅਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਅਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਿਓ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ਼ ਅਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫਾਈਵ ਕੇਬਲ ਇਨ ਕੈਨੇਡਾ ਰੋਕੂ ਜਾਦੂ ਬਾਕਸ ਅਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ 'ਤੇ ਤੁਸੀਂ TV84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਅਤੇ ਸ਼ੇਅਰ ਕਰੋ ਅਤੇ ਨਾਲ ਹੀ ਯੂਟਿਊਬ 'ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰਾਇਡ ਐਂਡ ਐਪ ਸਟੋਰ 'ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਅਹਿਮ ਇਸ਼ੂ ਦੇ ਨਾਲ ਜਿਹੜਾ ਕਿ ਅਹਿਮ ਇਸ਼ੂ ਸਾਰੀ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉਹ ਹੈ ਕਿਸਾਨ ਸੰਘਰਸ਼ ਸੋ ਦਿੱਲੀ ਦੇ ਵਿੱਚ ਕਿਸਾਨ ਸੰਘਰਸ਼ ਨੂੰ ਚੱਲਦਿਆਂ ਜਿਹੜੇ ਨੇ ਉਹ 70 ਤੋਂ ਜ਼ਿਆਦਾ ਦਿਨ ਹੋ ਚੁੱਕੇ ਨੇ ਜਿਹੜਾ ਇਹ ਇਸ਼ੂ ਹੈ ਇਹ ਇੰਟਰਨੈਸ਼ਨਲ ਜਿਹੜਾ ਇਸ਼ੂ ਹੈ ਬਣ ਚੁੱਕਾ ਹੈ ਔਰ ਦਿੱਲੀ ਵਿਚਲੀ ਜਿਹੜੀ ਅਮਰੀਕਾ ਦੀ ਅੰਬੈਸੀ ਨੇ ਵੀ ਇਸ 'ਤੇ ਜਿਹੜਾ ਰਿਐਕਸ਼ਨ ਦਿੱਤਾ ਹੈ ਔਰ ਦੁਨੀਆ ਦੇ ਹੋਰ ਵੀ ਜਿਹੜੇ ਸੈਲੀਬ੍ਰਿਟੀਜ਼ ਨੇ ਉਹ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਕੁੱਦ ਪਏ ਨੇ ਔਰ RSS ਦੀ ਖਾਸਮ ਖਾਸ ਕੰਗਨਾ ਰਾਨੌਤ ਨੇ ਇੱਕ ਟਵੀਟ ਕਰਕੇ ਬਹੁਤ ਕਿਹਾ ਹੈ ਕਿ ਬਹੁਤ ਜਲਦੀ ਕੈਂਸਰ ਦਾ ਜਿਹੜਾ ਹੈ ਉਹ ਇਲਾਜ ਹੋਣ ਵਾਲਾ ਹੈ ਉਸ ਨੇ ਕਿਹਾ ਹੈ ਕਿ ਮੈਂ ਇਸ 'ਤੇ ਬਹੁਤ ਖੁਸ਼ ਹਾਂ ਉਸ ਨੇ ਕਿਸਾਨਾਂ ਨੂੰ ਦਹਿਸ਼ਤਗਰਦ ਵੀ ਜਿਹੜਾ ਉਹ ਦੱਸਿਆ ਹੈ ਸੋ ਕਿ ਸਿੱਖ ਨਸਲਕੁਸ਼ੀ ਦੀ ਜਿਹੜੀ ਤਿਆਰੀ ਹੈ ਉਹ ਕਰ ਲਈ ਗਈ ਹੈ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਅੱਜ 4 ਫਰਵਰੀ ਦਾ ਦਿਨ ਹੈ ਜੀ ਜਿੱਥੇ ਸਾਡਾ ਧਿਆਨ ਸਾਡਾ ਮਨ ਸਾਡੀ ਜਿੰਦ ਦਿੱਲੀ ਦੇ ਆਲੇ ਦੁਆਲੇ ਆਪਣੇ ਕਿਸਾਨ ਭੈਣਾਂ ਭਰਾਵਾਂ ਦੇ ਨਾਲ ਸਾਡਾ ਦਿਲ ਧੜਕਦਾ ਹੈ ਸਾਡੀ ਜਿੰਦ ਰੁਮਕਦੀ ਹੈ ਅੱਛਾ ਉੱਥੇ ਜੋ ਵਾਕਿਆ ਇਹ ਸਾਰੇ ਬੀਤੇ ਸਮੇਂ ਦੇ ਵਿੱਚ ਵਾਪਰੇ ਨੇ ਔਰ ਜਿਹੜੀ ਲਗਾਤਾਰਤਾ ਨਾਲ ਲਗਭਗ ਪਿਛਲੀਆਂ 4 ਦਹਾਈਆਂ ਤੋਂ ਅੱਡ ਤਰੀਕਿਆਂ ਨਾਲ ਸਿੱਖ ਨਸਲਕੁਸ਼ੀ ਜਾਰੀ ਹੈ ਉਸ ਦਾ ਜ਼ਿਕਰ ਕਰਨਾ ਵੀ ਬਣਦਾ ਅੱਜ ਤੋਂ ਠੀਕ 35 ਸਾਲ ਪਹਿਲਾਂ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਨਕੋਦਰ ਸ਼ਹਿਰ ਵਿੱਚ 4 ਸਿੰਘਾਂ ਨੂੰ ਪੁਲਿਸ ਨੇ ਗੋਲੀ ਚਲਾ ਕੇ 4ੋਂ ਨੌਜਵਾਨ ਕਾਲਜ 'ਚ ਪੜ੍ਹਨ ਵਾਲੇ ਸ਼ਹੀਦ ਕਰ ਦਿੱਤਾ ਸੀ ਕਿਉਂਕਿ ਇਸ ਤੋਂ 2 ਦਿਨ ਪਹਿਲਾਂ ਨਕੋਦਰ ਦੇ ਗੁਰਦੁਆਰਾ ਗੁਰੂ ਅਰਜਨ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਕੀਤੀ ਗਈ ਸੀ ਅੱਗ ਲਾ ਕੇ ਉਹਦੇ ਲਈ ਸ਼ਿਵ ਸੈਨਾ ਜ਼ਿੰਮੇਵਾਰ ਸੀ ਔਰ ਜਿੱਥੇ ਬੇਸ਼ੱਕ ਉਸ ਵੇਲੇ ਪੰਜਾਬ 'ਚ ਬਰਨਾਲੇ ਦੀ ਹਕੂਮਤ ਸੀ ਅਕਾਲੀਆਂ ਦੀ ਪਰ ਕਿਉਂਕਿ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਾਂ ਪ੍ਰੋਮੀਨੈਂਟਲੀ ਐਂਟੀ ਪੰਥ ਲੋਕ ਬੈਠੇ ਨੇ ਅਤੇ ਜਾਂ ਜਿਹੜੇ ਕੋਈ ਪੱਗਾਂ ਵਾਲੇ ਵੀ ਨੇ ਉਹਨਾਂ ਦਾ ਵੀ ਜਿਹੜਾ ਹੈ ਉਹ ਆਪਣੇ ਹਾਕਮਾਂ ਨੂੰ ਖੁਸ਼ ਕਰਨ 'ਤੇ ਹੁੰਦੇ ਨੇ ਔਰ ਇਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਨੂੰ ਲੈ ਕੇ 2 ਫਰਵਰੀ ਦੀ ਜਦੋਂ ਆਲੇ ਦੁਆਲੇ ਦੇ ਪਿੰਡਾਂ 'ਚੋਂ ਹਜ਼ਾਰਾਂ ਸਿੱਖ ਇਕੱਠੇ ਹੋਏ ਅੱਡ ਰਾਊਟਸ 'ਤੇ ਉਹ ਪੀਸਫੁਲੀ ਸ਼ਹਿਰ ਦੇ ਵਿੱਚ ਆਉਣਾ ਚਾਹੁੰਦੇ ਸੀ ਤਾਂ ਕਿ ਉਹ ਜਿਹੜੀ ਪਵਿੱਤਰ ਰਾਖ ਹੈ ਉਸ ਨੂੰ ਉਹ ਲੈ ਸਕਣ ਅਤੇ ਉਹਨਾਂ ਦੇ ਉੱਤੇ ਜਿਹੜੀ ਹੈ ਉਹ ਗੋਲਾਬਾਰੀ ਕੀਤੀ ਗਈ ਉਸ ਵੇਲੇ ਦਰਬਾਰਾ ਗੁਰੂ ਨਾਂ ਦਾ ਇੱਕ ਟੁੱਚਾ ਜਿਹੜਾ ਹਕੂਮਤ ਦਾ ਅੱਜ ਕੱਲ੍ਹ ਬਾਦਲਾਂ ਦਾ ਖਾਸਮ ਖਾਸ ਹੈ ਉਹ ਸਿਵਲ ਐਡਮਿਨਿਸਟ੍ਰੇਸ਼ਨ ਦੇ ਵਿੱਚ ਸੀ ਔਰ ਇਜ਼ਹਾਰ ਆਲਮ ਉਸ ਵੇਲੇ SSP ਜਲੰਧਰ ਸੀ ਔਰ ਉਸ ਗੋਲਾਬਾਰੀ ਦੇ ਵਿੱਚ ਜਿਹੜੀ ਕਿ ਬਿਲਕੁਲ ਵਿਦਆਊਟ ਵਾਰਨਿੰਗ ਕੀਤੀ ਗਈ ਔਰ ਜਿਹਦਾ ਮਕਸਦ ਹੀ ਜਿਵੇਂ ਅੱਜ ਜੋ ਕੁਛ ਕਿਸਾਨ ਸੰਘਰਸ਼ ਨੂੰ ਲੈ ਕੇ ਸਬਕ ਸਿਖਾਉਣ ਦੀ ਗੱਲ ਹੋ ਰਹੀ ਹੈ ਉਦੋਂ ਵੀ ਇਹੀ ਵਰਤਾਰਾ ਸੀ ਹਾਲਾਂ ਖਾਲਿਸਤਾਨ ਦਾ ਐਲਾਨਨਾਮਾ ਨਹੀਂ ਸੀ ਹੋਇਆ ਇਹ ਐਲਾਨਨਾਮਾ 29 ਅਪ੍ਰੈਲ 1986 ਨੂੰ ਹੋਇਆ ਇਹ 4 ਫਰਵਰੀ 1986 ਦਾ ਵਾਕਿਆ ਔਰ ਉਦੋਂ ਸਿਰਫ ਅਤੇ ਸਿਰਫ ਇਹ ਸਾਰੇ ਹੀ ਨੌਜਵਾਨ ਜਿਹੜੇ ਪ੍ਰੋਮਿਸਿੰਗ ਔਰ ਜਿਨ੍ਹਾਂ ਦੇ
ਖਾਸ ਤੌਰ ਤੇ ਜੇ ਤੁਸੀਂ ਉਹਨਾਂ ਦੇ ਦੀਦਾਰ ਵੀ ਕਰਦੇ ਹੋ ਹੁਣ ਤਾਂ ਸਾਡੇ ਕੋਲ ਤਸਵੀਰਾਂ ਹੀ ਨੇ ਅੱਛਾ ਜੇ ਤੁਸੀਂ ਦੇਖੋਗੇ ਸਕਰੀਨ ਦੇ ਉੱਤੇ ਉਹਨਾਂ ਦੇ ਜਿਹੜੇ ਨੇ ਤਸਵੀਰਾਂ ਚੱਲ ਰਹੀਆਂ ਨੇ ਕਿ ਕਿਸ ਕਦਰ ਜਿਨ੍ਹਾਂ ਦੇ ਸਾਹਮਣੇ ਫਿਊਚਰ ਸੀ ਗੁਰਸਿੱਖੀ ਰੰਗ ਵਿੱਚ ਰੰਗੇ ਹੋਏ ਔਰ ਪੁਲਿਸ ਦੀ ਗੋਲਾਬਾਰੀ ਦੇ ਵਿੱਚ ਇਹਨਾਂ ਚਾਰਾਂ ਨੂੰ ਜਿਹੜੀ ਹੈ ਉਹ ਸ਼ਹੀਦ ਕੀਤਾ ਗਿਆ ਸ਼ਹੀਦ ਹੋਣ ਵਾਲਿਆਂ 'ਚ ਭਾਈ ਰਵਿੰਦਰ ਸਿੰਘ ਜਿਹੜੇ ਲਿੱਤੜਾਂ ਪਿੰਡ ਦੇ ਸਨ ਭਾਈ ਹਰਮਿੰਦਰ ਸਿੰਘ ਜਿਹੜੇ ਚੱਲੂਪੁਰ ਪਿੰਡ ਨਾਲ ਸੰਬੰਧਿਤ ਸਨ ਭਾਈ ਬਲਧੀਰ ਸਿੰਘ ਜਿਹੜੇ ਰਾਮਗੜ੍ਹ ਪਿੰਡ ਨਾਲ ਸੰਬੰਧਿਤ ਸਨ ਔਰ ਭਾਈ ਝਲਮਨ ਸਿੰਘ ਗੋਰਸੀਆਂ ਪਿੰਡ ਨਾਲ ਉਹਨਾਂ ਦਾ ਸੰਬੰਧ ਸੀ ਔਰ ਇਹ ਘਟਨਾ ਉਸ ਵੇਲੇ ਬਹੁਤ ਸਾਰੇ ਸਿੱਖ ਪੰਥ ਦੇ ਵਿੱਚ ਉਜਾਗਰ ਹੋਈ ਔਰ ਲਗਾਤਾਰਤਾ ਨਾਲ ਮੈਂ ਖਾਸ ਤੌਰ 'ਤੇ ਭਾਈ ਰਵਿੰਦਰ ਸਿੰਘ ਜੀ ਜਿਨ੍ਹਾਂ ਦੇ ਛੋਟੇ ਭਰਾ ਤਾਂ ਡਾਕਟਰ ਹਰਿੰਦਰ ਸਿੰਘ ਸਟੈਨਫਰਡ ਯੂਨੀਵਰਸਿਟੀ 'ਚ ਨੇ ਅੱਜ ਉਹਨਾਂ ਨਾਲ ਗੁਫ਼ਤਗੂ ਪ੍ਰੋਗਰਾਮ 'ਚ ਗੱਲਬਾਤ ਹੋਣੀ ਸੀ ਪਰ ਅੱਜ ਕਿਉਂਕਿ ਇਹ 4 ਫਰਵਰੀ ਦਾ ਦਿਨ ਸ਼ਹੀਦੀ ਦਿਨ ਹੈ ਔਰ ਅੱਜ ਅਕਾਲ ਤਖ਼ਤ ਸਾਹਿਬ ਦੇ ਉੱਤੇ ਵੀ ਭੋਗ ਪਾਇਆ ਗਿਆ ਉਹਨਾਂ ਦੀ ਯਾਦ 'ਚ ਕਿਉਂਕਿ 35ਵੀਂ ਉਹਨਾਂ ਦੀ ਸ਼ਹੀਦੀ ਯਾਦ ਹੈ ਦੁਨੀਆ ਦੇ 35 ਦੇਸ਼ਾਂ ਦੇ ਵਿੱਚ ਅੱਜ ਉਹਨਾਂ ਦੀ ਯਾਦ ਨੂੰ ਸਮਰਪਿਤ ਜਿਹੜਾ ਹੈ ਉਹ ਅਰਦਾਸ ਹੋ ਰਹੀ ਹੈ ਔਰ ਭਾਈ ਹਰਿੰਦਰ ਸਿੰਘ ਹੋਰੀ ਵੀ ਜਿੱਥੇ ਉਹਨਾਂ ਨੇ ਗੁਰਦੁਆਰਾ ਸੈਨੋਜ਼ੇ ਫਿਰ ਫ੍ਰੀਮੌਂਟ ਔਰ ਹੁਣ ਜਦੋਂ ਸ਼ਾਮ ਨੂੰ ਗੱਲ ਹੋਈ ਉਹ ਐਲਸਬਰਾਂਟੇ ਜਾ ਰਹੇ ਸੀ ਸੋ ਅੱਜ ਉਹਨਾਂ ਨਾਲ ਗੱਲਬਾਤ ਨਹੀਂ ਹੋ ਸਕੇਗੀ ਪਰ ਆਉਣ ਵਾਲੇ ਦਿਨਾਂ 'ਚ ਉਹਨਾਂ ਦੇ ਨਾਲ ਔਰ ਜੋ ਜਿੱਥੇ ਜਿੱਥੇ ਜੋ ਸੈਲੀਬ੍ਰੇਸ਼ਨ ਇਹਨਾਂ ਸ਼ਹੀਦਾਂ ਦੀ ਯਾਦ 'ਚ ਹੋਈ ਉਹਦਾ ਜ਼ਿਕਰ ਵੀ ਕਰਾਂਗੇ ਲੇਕਿਨ ਜਦੋਂ ਅਸੀਂ ਲਗਾਤਾਰਤਾ ਨਾਲ ਦੇਖਦੇ ਹਾਂ ਕਿ 35 ਸਾਲ ਬੀਤਣ ਬਾਅਦ ਵੀ ਹਾਲਾਂ ਇਸ ਦੇ ਉੱਤੇ ਜਿਹੜੀ ਹੈ ਇੱਕ ਕਮਿਸ਼ਨ ਬਿਠਾਇਆ ਗਿਆ ਰਣਜੀਤ ਸਿੰਘ ਕਮਿਸ਼ਨ ਉਸ ਦੀ ਰਿਪੋਰਟ ਕਦੇ ਪਬਲਿਕ ਨਹੀਂ ਕੀਤੀ ਗਈ ਜੇ ਉਸ ਰਿਪੋਰਟ ਨੂੰ ਕਢਾਇਆ ਅਸੈਂਬਲੀ ਰੈਕਰਡ 'ਚੋਂ ਅਤੇ ਇਹਦੇ ਬਾਵਜੂਦ ਕਿ ਕਿੰਨੀਆਂ ਰਿਪ੍ਰਜੈਂਟੇਸ਼ਨਸ ਗੌਰਮੈਂਟ ਨੂੰ ਅਮਰਿੰਦਰ ਦਾ ਵੀ ਪ੍ਰੋਮਿਸ ਸੀ ਬਾਦਲਾਂ ਦੇ ਵੇਲੇ ਤਾਂ ਜਿਹੜਾ ਹੈ ਉਹਨਾਂ ਨੇ ਤਾਂ ਬਿਲਕੁਲ ਉਹ ਦਰਬਾਰਾ ਗੁਰੂ ਜਿਹੜਾ ਸਿਵਲ ਐਡਮਿਨਿਸਟ੍ਰੇਸ਼ਨ ਦਾ ਜ਼ਿੰਮੇਵਾਰ ਸੀ ਗੋਲੀ ਦਾ ਹੁਕਮ ਦੇਣ ਵਾਲਾ ਉਹਨੂੰ ਉਹਨਾਂ ਨੇ ਟਿਕਟ ਦਿੱਤੀ ਆਪਣੀ ਪਾਰਟੀ ਦੀ ਹਾਲਾਂ ਉਹ ਹਾਰ ਗਿਆ ਔਰ ਇਜ਼ਹਾਰ ਆਲਮ ਜਿਹੜਾ ਇੱਕ ਜ਼ਾਬਰ ਜ਼ਾਲਮ ਆਫਿਸਰ ਰਿਹਾ ਔਰ ਉਸ ਨੂੰ ਈਵਨ ਅਕਾਲੀ ਦਲ ਨੇ ਆਪਣਾ ਵਾਈਸ ਪ੍ਰੈਜ਼ੀਡੈਂਟ ਵੀ ਬਣਾਇਆ ਸੀ ਔਰ ਉਹਦੀ ਵਾਈਫ ਨੂੰ ਮਲੇਰਕੋਟਲੇ ਤੋਂ ਜਿਹੜਾ ਉਹ MLA ਬਣਾਇਆ ਸੀ ਸੋ ਇਹ ਸਾਰਾ ਇਸ ਲਈ ਵੀ ਜ਼ਰੂਰੀ ਹੈ ਕਿ ਜੋ ਅੱਜ ਕਿਸਾਨਾਂ ਨਾਲ ਵਾਪਰ ਰਿਹਾ ਜਾਂ 2015 'ਚ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਥਾਂ ਥਾਈਂ ਵਾਪਰੀਆਂ ਬਹਿਬਲ ਕਲਾਂ ਹੋਏ ਬਰਗਾੜੀ ਕਾਂਡ ਜਿਹੜਾ ਕਿੰਨਾ ਵੱਡਾ ਔਰ ਇਹ ਅੱਜ ਅਸੀਂ 6 ਸਾਲ ਬਾਅਦ ਗੱਲਬਾਤ ਕਰ ਰਹੇ ਹਾਂ ਔਰ ਅੱਜ ਵੀ ਤੁਸੀਂ ਖਬਰਾਂ ਦੇਖੋਗੇ ਕਿ ਜੀ CBI ਨੇ ਹਾਈਕੋਰਟ ਨੂੰ ਕਹਿ ਦਿੱਤਾ ਕਿ ਜੀ ਅਸੀਂ ਫਾਈਲਾਂ ਪੰਜਾਬ ਸਰਕਾਰ ਨੂੰ ਦੇ ਰਹੇ ਹਾਂ ਔਰ ਇਹ ਜੇ ਤੁਸੀਂ ਦੇਖੋ ਕਿ ਲਗਾਤਾਰਤਾ ਨਾਲ ਗੁਰੂ ਗ੍ਰੰਥ ਔਰ ਗੁਰੂ ਪੰਥ ਬਿਲਕੁਲ ਇਹ ਦੋਨੋਂ ਹੀ ਉਹਨਾਂ ਦੀਆਂ ਗਨਸ਼ਾਟਸ ਨੇ ਦਿੱਲੀ ਦੇ ਰੂਲਰਸ ਦੀਆਂ ਔਰ ਧਾਰਮਿਕ ਤੌਰ 'ਤੇ ਬੇਅਦਬੀ ਕਰਕੇ ਸਾਡੇ ਮਜ਼ਹਬੀ ਜਜ਼ਬਾਤਾਂ ਨੂੰ ਠੇਸ ਪਹੁੰਚਾਉਣਾ ਫਿਜ਼ੀਕਲ ਜੈਨੋਸਾਈਡ ਕਰਕੇ ਉਹਨਾਂ ਨੇ ਪੂਰੀ ਇੱਕ ਜਨਰੇਸ਼ਨ ਮਾਰ ਮੁਕਾ ਦਿੱਤੀ ਅਤੇ ਹੁਣ ਉਹ ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ ਕਿ ਜਿਵੇਂ ਉਹਨਾਂ ਨੇ ਬਿਲਕੁਲ ਇਹ 3 ਖੇਤੀ ਕਾਨੂੰਨ ਇਹ ਅਸਲ ਦੇ ਵਿੱਚ ਜ਼ਮੀਨਾਂ ਖੋਹਣ ਦਾ ਫਾਈਨਲ ਸਟੈਪ ਹੈ ਕਿ ਭਾਈ ਅਸੀਂ ਤੁਹਾਨੂੰ ਔਰ ਹੋਏਗਾ ਕੀ ਕਿ ਨਾ ਸਿਰਫ ਉਹ ਆਪਣੀਆਂ ਜ਼ਮੀਨਾਂ ਦੇ ਵਿੱਚ ਮੁਜ਼ਾਰੇ ਹੋਣਗੇ ਬਹੁਤ ਸਾਰੇ ਛੜ ਛੜਾ ਕੇ ਖੱਬੇ ਸੱਜੇ ਨਿਕਲਣਗੇ ਲੇਬਰ ਕਰਨ ਦੇ ਲਈ ਔਰ ਉਹਨਾਂ ਜ਼ਮੀਨਾਂ 'ਚੋਂ ਲਿਆ ਕੇ ਫਿਰ ਉਹ ਬਿਹਾਰ UP ਔਰ ਉਹ ਜਿਹੜੀ ਉਹਨਾਂ ਦੀ ਹਿੰਦੂਤਵੀ ਲੇਬਰ ਹੈ ਉਹ ਬਣਾਉਣਗੇ 10 ਸਾਲ ਡਾਊਨ ਦਾ ਰੋਡ ਕਦੇ ਇੰਟਰਨੈਸ਼ਨਲ ਪ੍ਰੈਸ਼ਰ ਬਣ ਜਾਏ ਕਿ ਜੀ ਤੁਸੀਂ ਕਰਵਾ ਲਓ ਰਾਏਸ਼ੁਮਾਰੀ ਕਰਵਾ ਲਓ ਜਾਂ ਮਰਦਮ ਉੱਥੇ ਕਰਵਾ ਲਓ ਆਪਣਾ ਪਲੇਬਿਸਾਈਟ ਔਰ ਉੱਥੇ ਨਾ ਜ਼ਮੀਨਾਂ ਤੁਹਾਡੇ ਕੋਲ ਨਾ ਜ਼ਮੀਨਾਂ 'ਤੇ ਵਸਣ ਵਾਲੇ ਲੋਕ ਤੁਹਾਡੇ ਕੋਲ ਔਰ ਇਹ ਅਕਸਰ ਜਿਹੜੇ ਇੱਥੋਂ ਕਈ ਵਾਰੀ ਕੁਛ ਸੋਚਦੇ ਵੀ ਨੇ ਕਿ ਭਾਈ ਚਲੋ ਭਾਵੇਂ 1-2 ਕਿੱਲਾ ਹੈ ਸਾਡੇ ਬੱਚਿਆਂ ਨੇ ਕਿਹੜਾ ਜਾ ਕੇ ਰਹਿਣਾ ਵੇਚ ਦਿਓ ਇਹ ਗੁਨਾਹ ਮਤ ਕਰਿਓ ਕਿਉਂਕਿ ਜੋ ਫਲਸਤੀਨੀਆਂ ਦੇ ਨਾਲ ਹੋਇਆ ਜੇ ਤੁਸੀਂ ਇੱਕ ਤਾਂ ਇਜ਼ਰੀਅਲ ਦੀ ਕਾਇਮੀ ਤੁਸੀਂ ਦੇਖਦੇ ਹੋ ਪਰ ਉਸ ਤੋਂ ਵੀ ਇਲਾਵਾ ਅਸੀਂ ਦੇਖਦੇ ਹਾਂ ਕਿ ਫਲਸਤੀਨੀ ਕਿਵੇਂ ਬੇਜ਼ਮੀਨੇ ਹੋਏ ਕਿਉਂਕਿ ਜੋ ਉਹਨਾਂ ਕੋਲ ਜ਼ਮੀਨਾਂ ਸਨ ਬ੍ਰਿਟਿਸ਼ ਪੀਰੀਅਡ ਦੇ ਵਿੱਚ ਜਦੋਂ ਬ੍ਰਿਟਿਸ਼ ਰੂਲ ਕਰ ਰਹੇ ਸੀ ਉਸ ਟੈਰੀਟਰੀ 'ਤੇ ਅਤੇ ਉਹਦੇ 'ਚ ਜਦੋਂ ਅਮੀਰ ਯਹੂਦੀ ਉਹਨਾਂ ਨੇ ਫੈਸਲਾ ਕੀਤਾ ਕਿ ਵੀ ਇੱਥੇ ਅਸੀਂ ਡੈਮੋਗ੍ਰਾਫਿਕਸ ਬਦਲਣੀਆਂ ਨੇ ਆਬਾਦੀ ਉਹਨਾਂ ਦੀ ਹੈ ਨਹੀਂ ਸੀ ਯਹੂਦੀ ਤਾਂ ਸਾਰੇ 15-20% ਵੀ ਨਹੀਂ ਸੀ 20ਵੀਂ ਸਦੀ ਦੀ ਬਿਗਨਿੰਗ ਤੱਕ ਸੋ ਉਹਨਾਂ ਨੇ ਫਿਰ ਵਾਧੂ ਕੀਮਤਾਂ ਦੇ ਕੇ ਜ਼ਮੀਨ ਦੀ 10-10 ਗੁਣਾ ਕੀਮਤ ਦੇ ਕੇ ਫਲਸਤੀਨੀਆਂ ਤੋਂ ਜਿਹੜੀਆਂ ਨੇ ਉਹ ਜ਼ਮੀਨਾਂ ਖਰੀਦੀਆਂ ਔਰ ਉਹਨਾਂ ਨੂੰ ਵੀ ਲੱਗਾ ਕੀ ਹੈ ਔਰ ਉਹ ਜਦੋਂ ਬੇਜ਼ਮੀਨੇ ਹੋਏ ਔਰ ਜਦੋਂ ਉੱਥੇ ਉਹਨਾਂ ਨੇ ਫੈਕਟਰੀਆਂ ਔਰ ਦੂਜੀਆਂ ਲਾਉਣੀਆਂ ਸ਼ੁਰੂ ਕੀਤੀਆਂ ਲੇਟਰ ਔਨ ਜਿਹੜਾ ਸਿਲਸਿਲਾ ਲਗਾਤਾਰ ਚੱਲਦਾ ਰਿਹਾ ਫਿਰ ਈਵਨ ਇਜ਼ਰੀਅਲ ਬਣਨ ਤੋਂ ਬਾਅਦ ਵੀ
ਉਹਦੇ 'ਚ ਉਹਨਾਂ ਨੇ ਫੈਸਲਾ ਕੀਤਾ ਕਿ ਕੋਈ ਵੀ ਲੋਕਲ ਫਲਸਤੀਨੀ ਮੁਸਲਮਾਨ ਨੂੰ ਜਿਹੜਾ ਹੈ ਉਹ ਨੌਕਰੀ ਨਹੀਂ ਦੇਣੀ ਹੈ ਔਰ ਉਸ ਤੋਂ ਪਹਿਲਾਂ ਵੀ ਯਹੂਦੀ ਔਰ ਸੈਕਿੰਡ ਵਰਲਡ ਵਾਰ ਖਤਮ ਹੋਣ ਤੋਂ ਬਾਅਦ ਫਿਰ ਜਿਹੜੇ ਈਸਟਰਨ ਯੂਰਪ 'ਚੋਂ ਰਸ਼ੀਆ 'ਚੋਂ ਜਾਂ ਹੋਰ ਥਾਵਾਂ ਤੋਂ ਆਉਂਦੇ ਗਏ ਉਹ ਆਪਣਾ ਇਸ ਤਰੀਕੇ ਨਾਲ ਉਹਨਾਂ ਨੇ ਆਪਣੀ ਪਾਪੂਲੇਸ਼ਨ ਜਿਹੜੀ ਉਹਨਾਂ ਦੀ ਕਿਸੇ ਵੇਲੇ ਮਿਲੀਅਨ ਤੋਂ ਵੀ ਥੱਲੇ ਸੀ ਅੱਜ 6 ਜਾਂ 7 ਮਿਲੀਅਨ ਜਿਹਨੇ ਔਰ ਬਾਅਦ 'ਚ ਉਹਨਾਂ ਨੇ ਜਿਵੇਂ ਇਲਾਕੇ ਕੰਕਰ ਕਰਨੇ ਸ਼ੁਰੂ ਕਰ ਦਿੱਤੇ ਉਹ ਅਸੀਂ ਦੇਖ ਰਹੇ ਹਾਂ ਕਿ ਵੈਸਟ ਬੈਂਕ ਹੋਏ ਗਾਜ਼ਾ ਸਟ੍ਰਿਪ ਹੋਏ ਸੋ ਇਹ ਆਲਰੇਡੀ ਸਾਹਮਣੇ ਹੈ ਕਿ ਇਹ ਜਦੋਂ ਅੱਜ ਇਹਦੇ ਬਾਵਜੂਦ ਕਿ ਜੇ ਅਸੀਂ ਪਾਰਲੀਮੈਂਟ ਦੇ ਦੋਨੋਂ ਹਾਊਸਿਸ 'ਚ ਦੇਖਦੇ ਹਾਂ ਕਿ ਕਿਵੇਂ ਆਪੋਜੀਸ਼ਨ ਨੇ ਇੱਕ ਚੰਗਾ ਰੋਲ ਅਦਾ ਕੀਤਾ ਔਰ ਉਹਨਾਂ ਨੂੰ ਹਕੂਮਤ ਨੂੰ ਬੇਨਕਾਬ ਕੀਤਾ ਹਾਲਾਂ ਅਸੀਂ ਜਦੋਂ ਕੱਲ੍ਹ ਉਹਨਾਂ ਉਹਦਾ ਅਬਦੁਲ ਗਨੀ ਆਜ਼ਾਦ ਦਾ ਜ਼ਿਕਰ ਕੀਤਾ ਤਾਂ 2-3 ਨੇ ਥੱਲੇ ਕਮੈਂਟ ਲਿਖੇ ਨੇ ਜੀ ਉਹ ਤਾਂ ਟ੍ਰੇਟਰ ਹੈ ਉਹ ਤਾਂ ਫਲਾਣਾ ਹੈ ਹਰ ਗੱਲ ਨੂੰ ਉਹਦੇ ਪਰਸਪੈਕਟਿਵ 'ਚ ਦੇਖਿਆ ਜਾਣਾ ਚਾਹੀਦਾ ਪਹਿਲੀ ਗੱਲ ਤਾਂ ਉਹ ਰਾਜ ਸਭਾ ਦੇ ਵਿੱਚ ਲੀਡਰ ਹੈ ਪਾਰਟੀ ਦਾ ਦੂਸਰਾ ਜੇ ਇੱਕ ਟ੍ਰੇਟਰ ਵੀ ਹਾਲਾਂ ਉਹਨੂੰ ਅਸੀਂ ਕੋਈ ਦੇਸ਼ ਭਗਤੀ ਦਾ ਸਰਟੀਫਿਕੇਟ ਤਾਂ ਨਹੀਂ ਦਿੱਤਾ ਹੈ ਜੇ ਇੱਕ ਟ੍ਰੇਟਰ ਵੀ ਹਕੂਮਤ ਨੂੰ ਇਹ ਕਹਿ ਰਿਹਾ ਹਿਸਟਰੀ ਕੋਟ ਕਰਕੇ ਕਹਿ ਰਿਹਾ ਕਿ 5 ਅਟੈਂਪਟ ਬ੍ਰਿਟਿਸ਼ ਗਵਰਨਮੈਂਟ ਦੇ ਵੇਲੇ ਵੀ ਹੋਏ ਸੀ ਕਿਸਾਨਾਂ ਦੇ ਨਾਲ ਟੱਕਰ ਮਤ ਲਓ ਹਿਸਟਰੀ ਉਹਨਾਂ ਨੂੰ ਰਿਮਾਈਂਡ ਕਰਵਾ ਰਿਹਾ ਔਰ ਈਵਨ ਕਸ਼ਮੀਰ ਦੇ ਹਵਾਲੇ ਨਾਲ ਵੀ ਉਹ ਕਹਿ ਰਿਹਾ ਕਿ ਤੁਸੀਂ ਆਪਣੇ ਲੋਕਾਂ ਨਾਲ ਲੜ ਰਹੇ ਹੋ ਔਰ ਇਹ ਤੁਸੀਂ ਠੀਕ ਨਹੀਂ ਕਰ ਰਹੇ ਹਾਲਾਂ ਇਹ ਨਹੀਂ ਹੈ ਵੀ ਕੱਲ੍ਹ ਨੂੰ ਇਹ ਸਾਰੇ ਪਾਵਰ ਦੇ ਨੇੜੇ ਰਹਿਣ ਵਾਲੇ ਨੇ ਸੋ ਮੈਂ ਸਮਝਦਾ ਵੀ ਕਈ ਵਾਰ ਦਲੀਲ ਦੀ ਖਾਤਰ ਇਸ ਕਿਸਮ ਦੀ ਗੱਲ ਨੂੰ ਸਹਾਰ ਲਿਆ ਕਰੋ ਕਿ ਭਾਈ ਜਦੋਂ ਕੋਈ ਅਸੀਂ ਜਦੋਂ ਈਵਨ ਇਸ ਕਿਸਾਨ ਲਹਿਰ ਨੂੰ ਲੈ ਕੇ ਜਿਹੜੇ ਟਵੀਟ ਕਰਨ ਵਾਲੇ ਲੋਕ ਨੇ ਜਾਂ ਸਪੋਰਟ ਸਟੇਟਮੈਂਟ ਦੇਣ ਵਾਲੇ ਲੋਕ ਨੇ ਕੋਈ ਜ਼ਰੂਰੀ ਤਾਂ ਨਹੀਂ ਕਿ ਉਹ ਕਿੱਤਾ ਕੀ ਕਰਦੇ ਨੇ ਜਾਂ ਉਹਨਾਂ ਦੀ ਓਵਰਆਲ ਪਰਸਨੈਲਿਟੀ ਕੀ ਹੈ ਉਹਨਾਂ ਦੇ ਨਾਲ ਅਸੀਂ ਸਹਿਮਤ ਹੋਈਏ ਲੇਕਿਨ ਬਹੁਤ ਵਾਰ ਅਸੀਂ ਜਦੋਂ ਇੱਕ ਇੰਡੀਪੈਂਡੈਂਟ ਢੰਗ ਦੇ ਨਾਲ ਕੋਈ ਪ੍ਰੈਜੈਂਟੇਸ਼ਨ ਦਿੰਦੇ ਹਾਂ ਤਾਂ ਸਾਡਾ ਇਹ ਫਰਜ਼ ਵੀ ਬਣਦਾ ਕਿ ਅਸੀਂ ਜਿਹਨੂੰ ਅੰਗਰੇਜ਼ੀ ਵਾਲਿਆਂ ਨੇ ਵੀ ਇਹਦੇ 'ਤੇ ਇੱਕ ਅਖਾਣ ਬਣਾਇਆ ਹੋਇਆ ਕਿ ਈਵਨ ਦ ਡੈਵਲ ਮਸਟ ਬੀ ਗਿਵਨ ਹਿਜ਼ ਡਿਊ ਕਿ ਹੁਣ ਸ਼ੈਤਾਨ ਹੈ ਸਾਨੂੰ ਪਤਾ ਵੀ ਹੈ ਸ਼ੈਤਾਨ ਹੈ ਪਰ ਜੇ ਸ਼ੈਤਾਨ ਕਦੇ ਭਾਵੇਂ ਆਪਣੇ ਫਿਊਚਰ ਮੁਫਾਦ ਲਈ ਕਰੰਟ ਦੇ ਵਿੱਚ ਚੰਗਾ ਕੰਮ ਕਰ ਜਾਏ ਤਾਂ ਸ਼ੈਤਾਨ ਦੀ ਵੀ ਤਾਰੀਫ ਕਰਦੇ ਹੋ ਕਿ ਵੀ ਵਾਹ 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 ਕਿਆ ਕਹਿਣਾ ਜਿਵੇਂ ਉਹ ਉਹਨਾਂ ਦਾ ਅਸ਼ਫਾਕ ਅਹਿਮਦ ਸਾਹਿਬ ਇੱਕ ਵਾਰ ਇੱਕ ਆਪਣਾ ਦੇ ਰਹੇ ਸੀ ਸੈਰਮਨ ਔਰ ਉਹਨਾਂ ਨੇ ਪਿੰਡ ਦੀ ਕਿਸੇ ਬੀਬੀ ਦਾ ਜ਼ਿਕਰ ਕੀਤਾ ਬਜ਼ੁਰਗ ਮਾਤਾ ਦਾ ਕਿ ਭਾਈ ਉਹਦੇ ਬਾਰੇ ਸੀ ਕਿ ਉਹ ਕਦੇ ਨਾ ਪੱਖੀ ਗੱਲ ਨਹੀਂ ਕਰਦੀ ਹਮੇਸ਼ਾ ਹੀ ਪੋਜ਼ਿਟਿਵ ਹੁੰਦੀ ਹੈ ਤਾਂ ਉਹਨਾਂ ਨੇ ਸ਼ਾਇਦ ਆਪਣੇ ਭਰਾ ਦਾ ਹੀ ਹਵਾਲਾ ਦਿੱਤਾ ਉਹਨੇ ਕਿਹਾ ਵੀ ਦੇਖ ਅੱਜ ਕੁਛ ਨਾ ਕੁਛ ਮੈਂ ਅੰਮਾ ਤੋਂ ਨੈਗੇਟਿਵ ਕਢਵਾਉਣਾ ਤਾਂ ਉੱਥੇ ਉਹਨਾਂ ਨੂੰ ਉਹਨਾਂ ਨੇ ਸ਼ੈਤਾਨ ਦਾ ਨਾਂ ਲੈ ਕੇ ਸ਼ੈਤਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਵੀ ਮਾਤਾ ਅੰਮਾ ਇਹ ਦੱਸੋ ਵੀ ਇਹ ਸ਼ੈਤਾਨ ਕੀ ਹੈ ਇਹ ਸ਼ੈਤਾਨ ਦਾ ਉਹ ਕਹਿੰਦੇ ਵੀ ਹਾਇਆ ਹੈ ਇਹ ਖਸਮਾਂ ਦਾ ਖਸਮਾਂ ਖਾਣਾ ਮਰ ਜਾਣਾ ਇਹਦਾ ਇਰਾਦਾ ਬੜਾ ਦ੍ਰਿੜ ਹੈ ਇਹ ਜਿਹਦੇ ਪਿੱਛੇ ਪੈ ਜਾਏ ਉਹਨੂੰ ਡਲਾਉਣ ਲਈ ਕੋਸ਼ਿਸ਼ ਪੂਰੀ ਕਰਦਾ ਹੈ ਇਹ ਹੈ ਬੜਾ ਸਿਰੜੀ ਬੜਾ ਸੋ ਮਤਲਬ ਇਹ ਹੈ ਵੀ ਇਹ ਵੀ ਇੱਕ ਢੰਗ ਦੇ ਨਾਲ ਜਦੋਂ ਤੁਸੀਂ ਦੇਖਦੇ ਹੋ ਵੀ ਉਹਦੀ ਵੀ ਤਾਂ ਔਰ ਅਸੀਂ ਦੇਖਦੇ ਵੀ ਹਾਂ ਕਿ ਵੀ ਇੱਕ ਪਾਸੇ ਚੰਗੇ ਗੁਣ ਹੁੰਦੇ ਨੇ ਚੰਗੀਆਂ ਗੱਲਾਂ ਉਹ ਤੁਸੀਂ 100 ਦਿਨ ਕਰਦੇ ਰਹੋ ਅਤੇ ਉਹ ਸ਼ੈਤਾਨ ਨੂੰ 1 ਮਿੰਟ ਦਾ ਮੌਕਾ ਬਣ ਜਾਏ ਉਹ ਤੁਹਾਡੇ 100 ਦਿਨਾਂ ਦੀ ਕਮਾਈ 'ਤੇ ਪਾਣੀ ਫੇਰ ਦਿੰਦਾ ਜੇ ਤੁਸੀਂ ਤੁਹਾਡੇ ਅੰਦਰ ਖਿਆਲ ਚੱਲ ਰਹੇ ਹੁੰਦੇ ਨੇ ਉਹ ਮੁੜ ਮੁੜ ਕੇ ਆ ਕੇ ਤੁਹਾਨੂੰ ਕਹਿ ਰਿਹਾ ਹੁੰਦਾ ਨਹੀਂ ਨਹੀਂ ਇਹ 'ਚ ਬੜਾ ਸਵਾਦ ਹੈ ਇਹ ਬਹੁਤ ਚੰਗੀ ਚੀਜ਼ ਹੈ ਸੋ ਅਸੀਂ ਇਹ ਉਹਨਾਂ ਆਪਣੇ ਵੀਰਾਂ ਭੈਣਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਭਾਈ ਕੁਛ ਟਾਈਮ ਜਦੋਂ ਹੁੰਦਾ ਹੈ ਉਦੋਂ ਇਵੇਂ ਹਰ ਗੱਲ ਤੋਂ ਜਾਂ 2-3 ਵੀਰਾਂ ਨੇ ਜਦੋਂ ਅਸੀਂ ਪੁੱਤ ਜੱਟਾਂ ਦੇ ਸੌਂਗ ਜਿਹੜਾ ਸਾਡੇ ਵੀਰਾਂ ਨੇ ਪਿਆਰ ਦੇ ਨਾਲ ਲਿਖਿਆ ਨਾ ਤਾਂ ਅਸੀਂ ਉਸਦਾ ਟਾਈਟਲ ਚੁਣਿਆ ਨਾ ਅਸੀਂ ਉਹਦੇ ਜਿਹੜਾ ਉਹਨੂੰ ਕੰਪੋਜ਼ ਕੀਤਾ ਲੇਕਿਨ 2-3 ਨੂੰ ਲੱਗਿਆ ਕਿ ਜੀ ਨਹੀਂ ਤੁਸੀਂ ਵੀ ਇਹ ਬਰਾਦਰੀਵਾਦ ਨੂੰ ਇਹ ਵਧਾਵਾ ਦੇ ਰਹੇ ਹੋ ਦੇਖੋ ਗੱਲ ਇਹ ਹੈ ਕਿ ਵੀ ਤੁਸੀਂ ਅੱਜ ਤੁਸੀਂ ਬਰਾਦਰੀ ਜਾਂ ਇੱਕ ਭਾਈਚਾਰੇ ਦੇ ਪ੍ਰਿਜ਼ਮ 'ਚ ਦੇਖਦੇ ਹੋ ਸਾਡੇ ਉਸ ਖਿੱਤੇ ਦੇ ਵਿੱਚ ਕਿਰਸਾਣੀ ਕਰਨ ਵਾਲਿਆਂ ਨੂੰ ਖੇਤੀ ਕਰਨ ਵਾਲਿਆਂ ਨੂੰ ਉਹਨਾਂ ਦੇ ਲਈ ਲਫ਼ਜ਼ ਜੱਟ ਜਾਂ ਕਿਸਾਨ ਦੋਨੋਂ ਹੀ ਇਸਤੇਮਾਲ ਹੁੰਦੇ ਨੇ ਔਰ ਸੰਸਕ੍ਰਿਤ ਦੇ ਵਿੱਚ ਲਫ਼ਜ਼ ਕ੍ਰਿਸ਼ਕ ਹੈ ਹੁਣ ਜੇ ਗੁਰਬਾਣੀ ਦੇ ਹਵਾਲੇ ਨਾਲ ਅਸੀਂ ਕਹਿਣਾ ਹੋਏ ਤਾਂ ਬਾਬਾ ਫਰੀਦ ਜਿਹੜੇ ਗੁਰੂ ਨਾਨਕ ਸਾਹਿਬ ਤੋਂ ਲਗਭਗ 250-350 ਸਾਲ ਪਹਿਲਾਂ ਹੋਏ ਨੇ 13ਵੀਂ ਸਦੀ ਦੇ ਵਿੱਚ ਉਹਨਾਂ ਦਾ ਇਹ ਫਰਮਾਨ ਹੈ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਉਹ ਜਿਹੜੇ ਨੇ ਉਹ ਤਾਂ ਇਸਲਾਮ 'ਚ ਯਕੀਨ ਰੱਖਣ ਵਾਲੇ ਸੀ ਕੋਈ ਉਹਨਾਂ ਨੇ ਬਰਾਦਰੀਵਾਦ ਕਿਉਂਕਿ ਉਸ ਵੇਲੇ ਦੀ ਬੋਲੀ 'ਚ ਵੀ ਜਦੋਂ ਉਹਨਾਂ ਨੇ ਕਿਹਾ
ਕਿ ਫਰੀਦਾ ਲੋੜੈ ਦਾਖ ਬਿਜੋਰੀਆਂ ਕਿੱਕਰ ਬੀਜੈ ਜੱਟ ਹੰਡੈ ਉਨ ਕਤਾਏ ਦਾ ਪੈਦਾ ਲੋੜੈ ਪੱਟ ਕਿ ਭਾਈ ਇਹ ਜੱਟ ਜ਼ਾਰ ਹੈ ਜਿਹੜਾ ਜ਼ਮੀਨ ਵਾਹੁੰਦਾ ਹੈ ਜਿਹੜਾ ਕ੍ਰਿਸ਼ਕ ਹੈ ਕਿਸਾਨ ਹੈ ਫਾਰਮਰ ਹੈ ਜਿਹਦੇ ਲਈ ਅੰਗਰੇਜ਼ੀ ਦਾ ਸ਼ਬਦ ਹੈ ਉਹ ਕਿ ਭਾਈ ਉਹ ਜੇ ਕਿੱਕਰ ਬੀਜੇਗਾ ਅਤੇ ਫਿਰ ਉਹ ਬਿਜੌੜ ਦੀਆਂ ਦਾਖਾਂ ਜਿਹੜੀਆਂ ਐਕਸਪੈਕਟ ਨਾ ਕਰੇ ਕਿ ਉਹਨੂੰ ਮਿਲਣਗੀਆਂ ਜੇ ਉਹਨੇ ਉਨ ਕੱਤੀ ਹੈ ਅਤੇ ਉਹ ਫਿਰ ਰੇਸ਼ਮ ਦੀ ਤਵੱਕੋ ਨਾ ਕਰੇ ਪੱਟ ਨਾ ਲੱਭੇ ਸੋ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਵੀ ਹਰ ਚੀਜ਼ 'ਚੋਂ ਕੋਈ ਨੈਗੇਟਿਵਿਟੀ ਦੇਖਣ ਦੀ ਕੋਸ਼ਿਸ਼ ਨਾ ਕਰਿਆ ਕਰੋ ਅਸੀਂ ਨਾ ਤਾਂ ਬਰਾਦਰੀਵਾਦ 'ਚ ਯਕੀਨ ਰੱਖਦੇ ਹਾਂ ਜ਼ਾਤ ਪਾਤ ਨੂੰ ਤਾਂ ਗੁਰੂ ਸਾਹਿਬ ਨੇ ਫੱਕੜ ਜਾਤੀ ਫੱਕੜ ਨਾਉ ਸਭਨਾ ਜੀਆਂ ਇੱਕਾ ਛਾਓ ਕਿ ਭਾਈ ਉਸ ਰੱਬ ਦੇ ਬਣਾਏ ਸਾਰੇ ਨੇ ਕੋਈ ਊਚ ਨੀਚ ਨਹੀਂ ਹੈ ਸਿੱਖੀ ਤਾਂ ਖੜੀ ਉਸ ਫਾਊਂਡੇਸ਼ਨ ਦੇ ਉੱਤੇ ਹੈ ਕਿ ਕੋਈ ਕਾਸਟ ਕਲਰ ਕ੍ਰੀਡ ਜੈਂਡਰ ਦਾ ਕੋਈ ਵਿਤਕਰਾ ਨਹੀਂ ਹੈ ਪਰ ਕੁਛ ਚੀਜ਼ਾਂ ਫੋਕਲੋਰ ਦਾ ਹਿੱਸਾ ਹੁੰਦੀਆਂ ਨੇ ਕੁਛ ਚੀਜ਼ਾਂ ਜਿਹੜੀਆਂ ਨੇ ਉਹਨਾਂ ਦਾ ਮਤਲਬ ਕੋਈ ਡਿਵਾਈਸਿਵ ਨਹੀਂ ਹੁੰਦਾ ਸੋ ਮੈਂ ਸਮਝਦਾ ਕਿ ਵੀ ਇਹ ਵੀ ਇੱਕ ਪਾਰਟ ਹੈ ਜਿਹਦੇ ਥੱਲੇ ਸਾਡੇ ਹਾਲਾਂ ਸਾਡੇ ਬੜੇ ਸੂਝਵਾਨ ਦਰਸ਼ਕ ਨੇ ਬਹੁਤਿਆਂ ਨੇ ਜਿਹੜਾ ਤਾਰੀਫ ਕੀਤੀ ਹੈ ਜਦੋਂ ਵੀ ਅਸੀਂ ਜਿਹੜਾ ਔਰ ਖਾਸ ਤੌਰ 'ਤੇ ਅਸੀਂ ਲਹਿੰਦੇ ਪੰਜਾਬ ਦੇ ਆਪਣੇ ਭਰਾਵਾਂ ਦਾ ਔਰ ਇਰਫਾਨ ਸਾਹਿਬ ਦਾ ਸ਼ੁਕਰੀਆ ਅਦਾ ਕਰਦੇ ਹਾਂ ਹਾਲਾਂ ਉਹ ਵਾਰ ਵਾਰ ਸ਼ੁਕਰੀਆ ਕਰ ਰਹੇ ਨੇ ਅਸੀਂ ਇਹ ਸਮਝਦੇ ਹਾਂ ਵੀ ਤੁਹਾਡਾ ਇਹ ਜਿਹੜਾ ਸੈਲਫਲੈਸ ਐਫਰਟ ਹੈ ਉਸਨੇ ਸਾਡੇ ਦਿਲ ਜਿੱਤੇ ਨੇ ਪਰ ਫਿਰ ਵੀ ਮੇਰਾ ਇਹ ਫਰਜ਼ ਵੀ ਹੁੰਦਾ ਕਿ ਜਿਹੜੇ ਕਾਮੈਂਟ ਲਿਖਦੇ ਵੀ ਨੇ ਉਹਨਾਂ ਨੂੰ ਵੀ ਇਹ ਧਿਆਨ ਰਹੇ ਵੀ ਅਸੀਂ ਜ਼ਰੂਰ ਪੜ੍ਹਦੇ ਹਾਂ ਉਹਦਾ ਨੋਟਿਸ ਵੀ ਲੈਂਦੇ ਹਾਂ ਔਰ ਅਸੀਂ ਐਪਰੀਸ਼ੀਏਟ ਵੀ ਕਰਦੇ ਹਾਂ ਹੋ ਸਕਦਾ ਹੈ ਇਹ ਨਹੀਂ ਹੈ ਵੀ ਹਮੇਸ਼ਾ ਹੀ ਅਸੀਂ ਠੀਕ ਹੋਈਏ ਜਦੋਂ ਤੁਸੀਂ ਸਾਨੂੰ ਕੋਈ ਗੱਲ ਯਾਦ ਦਹਾਨੀ ਕਰਵਾਉਂਦੇ ਹੋ ਅਸੀਂ ਉਸ ਬਾਰੇ ਐਕਸਟਰਾ ਕੌਸ਼ੀਅਸ ਹੁੰਦੇ ਔਰ ਅਸੀਂ ਜਿਵੇਂ ਸਾਕਾ ਨਕੋਦਰ ਦੇ ਸ਼ਹੀਦਾਂ ਦਾ ਜ਼ਿਕਰ ਕੀਤਾ ਅੱਜ ਦਾ ਅਸੀਂ ਇਹ ਪ੍ਰੋਗਰਾਮ ਵੀ ਆਪਣੇ ਸਾਕਾ ਨਕੋਦਰ ਦੇ ਇਹਨਾਂ ਚਾਰੋਂ ਸਿੰਘਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ ਔਰ ਹੁਣ ਅਸੀਂ ਕਿਸਾਨ ਸੰਘਰਸ਼ ਵੱਲ ਮੁੜੀਏ ਪਿਛਲੇ 24 ਘੰਟਿਆਂ ਦੇ ਵਿੱਚ ਬਹੁਤ ਕੁਛ ਜਿਹੜਾ ਇੱਕ ਬੀਬੀ ਨਿਹੱਥੀ ਇੱਕ ਪੈੱਨ ਦੇ ਨਾਲ CNN ਦਾ ਔਰ ਉਹਨਾਂ ਦਾ ਵੀ ਉੱਥੇ ਨਿਊਜ਼ 18 ਕੇ ਕੀ ਇੱਕ ਚੈਨਲ ਹੈ ਜਿਹੜਾ CNN ਨਾਲ ਜਿਹਨਾਂ ਨੇ ਕੀਤਾ ਹੋਇਆ ਆਪਸੀ ਕੋਈ ਐਗਰੀਮੈਂਟ ਉਹਨਾਂ ਨੇ ਵੀ ਜਿਹੜਾ ਇਹ ਸਟੋਰੀ ਚਲਾਈ ਔਰ ਰੈਫਰ ਤਾਂ ਉਹਨੇ ਰਿਹਾਨਾ ਨੇ ਉਹ ਆਰਟੀਕਲ ਹੀ ਕੀਤਾ ਉਹਨਾਂ ਨੇ ਕਿਹਾ ਵੀ ਵਾਈ ਦਾ ਵਰਲਡ ਇਜ਼ ਨੋਟ ਸਪੀਕਿੰਗ ਇੱਕ ਲਾਈਨ ਸੀ ਦੁਨੀਆਂ ਕਿਉਂ ਨਹੀਂ ਬੋਲਦੀ ਪਰ ਉਹ ਇੱਕ ਲਾਈਨ ਨੇ ਇਹਨਾਂ ਦੀ ਮਹਾਨ ਜਮਹੂਰੀਅਤ ਇਹਨਾਂ ਦਾ ਸਾਰਾ ਸਿਸਟਮ ਐਂ ਮੂੰਹ ਪਰਨੇ ਡਿੱਗ ਪਿਆ ਮੈਂ ਕਿਹਾ ਜੇ ਸੱਚਮੁੱਚ ਭੁਚਾਲ ਆ ਗਿਆ ਫਿਰ ਕੀ ਇਹ ਇਹ ਤਾਂ ਇੱਕ ਟਵੀਟ ਦੀਆਂ ਜਿਹੜੀਆਂ ਨੇ ਰਿਪਲਸ ਉਹ ਹੁੰਦੇ 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 ਉਹ ਸਾਰਾ ਮਹਾਨ ਭਾਰਤ ਮਹਾਨ ਵਿਸ਼ਵ ਗੁਰੂ ਮਹਾਨ ਸਾਰੇ ਹਿਲਕੇ ਜਿਹੜੇ ਨੇ ਉਹ ਥੱਲੇ ਡਿੱਗ ਪਏ ਔਰ ਰੀਜ਼ਨ ਜ਼ਾਹਰ ਹੈ ਕਿ ਅੱਜ ਡਾਕਟਰ ਰਣਜੀਤ ਸਿੰਘ ਉਹਨਾਂ ਨਾਲ ਗੱਲ ਹੋ ਰਹੀ ਸੀ ਉਹ ਕਹਿੰਦੇ ਕਿ ਵੀ ਜਦੋਂ ਚੋਰ ਜਿਹੜਾ ਨਾ ਕਿਤੇ ਛਾਹ ਲਾ ਕੇ ਬੈਠਾ ਹੋਏ ਉਹਨੇ ਔਰ ਕਿਤੇ ਕੋਈ ਮਾੜੀ ਮੋਟੀ ਹਰਕਤ ਹੋਈ ਤਾਂ ਉਹਨੂੰ ਕਹਿੰਦਾ ਉਹਨੂੰ ਲੱਗਦਾ ਵੀ ਪੈ ਗਏ ਆ ਗਏ ਮੈਂ ਸਗੋਂ ਕਿਹਾ ਮੈਂ ਕਿਹਾ ਜੀ ਹਾਂ ਜੇ ਦੂਰ ਊਈ ਹਵਾ ਚੱਲੇ ਅਤੇ ਕੋਈ ਹਿਲ ਪਏ ਕੋਈ ਬੂਟਾ ਅਤੇ ਉਦੋਂ ਵੀ ਉਹਨੂੰ ਕਹਿੰਦੇ ਅੱਜ ਭਾਰਤ ਦਾ ਹਾਲ ਇਹ ਹੈ ਵੀ ਇਹ ਚੋਰ ਬਿਲਕੁਲ ਗੁਨਾਹਗਾਰ ਔਰ ਕਿਤਿਓਂ ਕੁਛ ਹੁੰਦਾ ਅਤੇ ਇਹਨਾਂ ਹਾਂ ਇਹਨਾਂ ਨੂੰ ਇਹ ਖੌਫ ਖਾ ਜਾਂਦਾ ਵੀ ਹਾਂ ਕਿ ਵੀ ਹੋ ਗਿਆ ਕੰਮ ਆ ਗਏ ਮੈਂ ਅਤੇ ਉਹਨਾਂ ਨੇ ਕਿਹਾ ਕਿ ਵੀ ਇਵੇਂ ਹੀ ਮੈਂ ਕਿਹਾ ਜੀ ਵੈਸੇ ਵੀ ਹੁਣ ਜਾਂ ਤਾਂ ਕੁੱਤੇ ਪੈਂਦੇ ਨੇ ਜਾਂ ਪੁਲਿਸ ਪੈਂਦੀ ਹੈ ਲੋਕਾਂ ਨੇ ਗੱਲ ਵੀ ਤਾਂ ਇਹੀ ਬਣਾਈ ਹੈ ਤਾਂ ਨਹੀਂ ਕਹਿੰਦੇ ਵੀ ਪੁਲਿਸ ਆ ਗਈ ਕਹਿੰਦੇ ਪੁਲਿਸ ਪੈ ਗਈ ਹੁਣ ਹੁੰਦਾ ਇਹੀ ਹੈ ਕਿ ਵੀ ਇਹਨਾਂ ਚੋਰਾਂ ਨੂੰ ਇਹ ਲੱਗਦਾ ਵੀ ਪੈ ਗਏ ਬਾਹਰਲੇ ਇੰਟਰਨੈਸ਼ਨਲ ਸਾਜ਼ਿਸ਼ ਰਿਹਾਨਾ ਖਾਲਿਸਤਾਨੀਆਂ ਨੇ ਕਿੰਨੇ ਮਿਲੀਅਨ ਪੌਂਡ ਦੇ ਕੇ ਲਿਖਵਾ ਦਿੱਤਾ ਪਹਿਲਾਂ ਪਾਕਿਸਤਾਨ ਤੋਂ ਲਿਖਵਾ ਦਿੱਤਾ ਹੁਣ ਸਿੱਖਸ ਫਾਰ ਜਸਟਿਸ ਦਾ ਕਨੈਕਸ਼ਨ ਕੱਢ ਰਹੇ ਨੇ ਹਾਲਾਂ ਮੈਂ ਅੱਜ ਹੀ ਸਾਡੇ ਵੀਰ ਸਤਨਾਮ ਸਿੰਘ ਟੋਰਾਂਟੋ ਤੋਂ ਸਾਨੂੰ ਦੱਸ ਰਹੇ ਸੀ ਕਿਉਂਕਿ ਦੇਖੋ ਕੋਈ ਚੀਜ਼ ਆਊਟ ਆਫ ਦਾ ਬਲੂ ਨਹੀਂ ਹੁੰਦੀ ਅਤੇ ਉਹ ਦੱਸ ਰਹੇ ਸੀ ਕਿ ਭਾਈ ਇਹ ਜਿਵੇਂ ਬੀਬੀ ਰੂਪੀ ਕੌਰ ਜਿਸ ਦਾ ਵਾਸ਼ਿੰਗਟਨ ਪੋਸਟ ਦੇ ਵਿੱਚ ਆਰਟੀਕਲ ਸੀ ਔਰ ਉਹ ਦੁਨੀਆ 'ਚ ਇਸ ਵੇਲੇ ਬੈਸਟ ਸੈਲਰ ਪੋਇਟ ਵੀ ਹੈ ਔਰ ਯੰਗ ਉਹਦਾ ਇੱਕ ਨਾਂ ਹੈ ਔਰ ਇਸੇ ਤਰ੍ਹਾਂ ਜਗਮੀਤ ਸਿੰਘ ਜਿਹੜੇ NDP ਦੇ ਨੇ ਤਾਂ ਉਹ ਮੈਨੂੰ ਦੱਸ ਰਹੇ ਸੀ ਕਿ ਭਾਈ ਇਹ ਜਿਹੜੀ ਈਵਨ ਰਿਹਾਨਾ ਹੈ ਇਹ ਉਹਨੂੰ ਵੀ ਫੋਲੋ ਕਰਦੀ ਸੀ ਰੂਪੀ ਕੌਰ ਨੂੰ ਵੀ ਔਰ ਉਹਦਾ ਆਰਟੀਕਲ ਵਾਸ਼ਿੰਗਟਨ ਪੋਸਟ ਜਿਹੜਾ ਇਹਦੇ 'ਤੇ ਆਇਆ ਔਰ ਇਸੇ ਤਰ੍ਹਾਂ ਜਗਮੀਤ ਸੋ ਇਹ ਨਹੀਂ ਹੈ ਕਿ ਆਲ ਆਫ ਏ ਸਡਨ ਦੇਖਿਆ ਔਰ ਖੁਦ ਜਿਵੇਂ ਮੈਂ ਕਿਹਾ ਸੀ ਵੀ ਉਹ ਇੱਕ ਐਕਟਿਵਿਸਟ ਹੈ ਉਹ ਸੁਡਾਨ ਦਾ ਮਸਲਾ ਹੋਏ
ਉਹ ਜਿਹੜਾ ਸੋਮਾਲੀਆ ਦਾ ਹੋਏ ਬਲੈਕ ਲਾਈਵਜ਼ ਮੈਟਰ ਹੋਏ ਕਿਉਂਕਿ ਖੁਦ ਅਫਰੀਕਨ ਅਮਰੀਕਨ ਹੋਣ ਦੇ ਨਾਤੇ ਅਸੀਂ ਤਾਂ ਕਿਸੇ ਨਾਲ ਜਿਹੜਾ ਇੱਕੋ ਹੀ ਹੁੰਦਾ ਸੋਚ ਵਾਲਾ ਸਿੰਪਥੀ ਕਰਦਾ ਹੋਏਗਾ ਜਿਵੇਂ ਇਸ ਮੁਲਕ ਦੇ ਵਿੱਚ ਜਾਂ ਓਵਰਆਲ ਹਿਊਮਨ ਹਿਸਟਰੀ 'ਚ ਅਫਰੀਕਨ ਅਮੈਰੀਕਨ ਨੇ ਸਫ਼ਰ ਕੀਤਾ ਉਹ ਤਾਂ ਐਮਪੈਥੀ ਰੱਖਦੇ ਨੇ ਸੋ ਉਹਦੇ ਲਈ ਰਿਲੇਟ ਕਰਨਾ ਜਿਹੜਾ ਕੀ ਚੱਲ ਰਿਹਾ ਕੀ ਹੋ ਰਿਹਾ ਕੋਈ ਔਖਾ ਨਹੀਂ ਹੈ ਔਰ ਇਸੇ ਤਰ੍ਹਾਂ ਜਿਹੜੀ ਇਨਵਾਇਰਮੈਂਟਲਿਸਟ ਬੇਟੀ 18 ਸਾਲਾਂ ਦੀ ਗ੍ਰੇਟਾ ਥਨਵਰਗ ਉਹਨੇ ਜਿਸ ਮਜ਼ਬੂਤੀ ਦੇ ਨਾਲ ਇਨਵਾਇਰਮੈਂਟ ਦੇ ਇਸ਼ੂ ਨੂੰ ਕਿਉਂਕਿ ਉਹਨੂੰ ਉਹ ਤਾਂ ਸਮਰਪਿਤ ਹੈ ਪਾਣੀ ਨੂੰ ਹਵਾ ਨੂੰ ਮਿੱਟੀ ਨੂੰ ਉਹ ਪਰਵਾਹ ਨਹੀਂ ਔਰ ਉਹਨੇ ਇੱਕ ਪੂਰਾ ਸਿਸਟਮ ਡਿਵੈਲਪ ਕੀਤਾ ਹੋਇਆ ਕਿ ਜਦੋਂ ਉਹਨੇ ਕਿਸੇ ਮੁੱਦੇ ਦੇ ਉੱਤੇ ਜਿਹੜਾ ਉਹ ਲੌਬੀ ਕਰਨੀ ਔਰ ਕਿੰਨੇ ਯੰਗਸਟਰਸ ਅਰਾਊਂਡ ਦਾ ਗਲੋਬ ਜਦੋਂ ਉਹਨੇ ਪਿੱਛੇ ਇਨਵਾਇਰਮੈਂਟ 'ਤੇ ਕਾਲ ਦਿੱਤੀ ਸੀ ਈਵਨ ਭਾਰਤ ਦੇ ਵਿੱਚ ਵੀ ਸੈਂਕੜਿਆਂ ਸਕੂਲਾਂ ਦੇ ਵਿੱਚ ਬੱਚਿਆਂ ਨੇ ਜਿਹੜਾ ਉਸ ਦੇ ਉੱਤੇ ਜਿਹੜਾ ਉਹ ਫੁੱਲ ਚੜ੍ਹਾਏ ਸੀ ਔਰ ਉਹਨੂੰ ਨੋਮੀਨੇਟ ਕੀਤਾ ਹੋਇਆ ਹੁਣ ਨੋਬਲ ਪ੍ਰਾਈਜ਼ ਦੇ ਲਈ ਜਿਹੜੀਆਂ ਕਰੰਟ ਨੋਮੀਨੇਸ਼ਨਸ ਹੋਈਆਂ ਔਰ ਇਸ ਸਾਰੇ 'ਚੋਂ ਕਿਉਂਕਿ ਉਹਨੇ ਵੀ ਉਸ ਤੋਂ ਬਾਅਦ ਗ੍ਰੇਟਾ ਥਨਵਰਗ ਨੇ ਇਸ ਦੇ ਉੱਤੇ ਟਵੀਟ ਕੀਤਾ ਔਰ ਨਤੀਜਾ ਉਹਨੂੰ ਵੀ ਇਸ ਹੱਦ ਤੱਕ ਜ਼ਲੀਲ ਕਰਨ ਦੀ ਇਹਨਾਂ ਦੋਨੋਂ ਬੀਬੀਆਂ ਨੂੰ ਲਾਈਨ ਤੁਸੀਂ ਉਹਨਾਂ ਦਾ ਪਿਛਲੇ 48 ਘੰਟੇ ਤੋਂ ਦੇਖੋ ਕਿ ਉਹਨਾਂ ਦੇ ਸਾਰੇ ਚੈਨਲ ਈਵਨ ਕੱਲ੍ਹ ਅਸੀਂ ਡਿਸਕਸ ਕੀਤਾ ਸੀ ਕਿ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਵੀ ਪੂਰੀ ਸਟੇਟਮੈਂਟ ਲੰਬੀ ਚੌੜੀ ਦਿੱਤੀ ਔਰ ਅੱਜ ਤਾਂ ਈਵਨ ਗ੍ਰੇਟਾ ਥਨਵਰਗ ਦੇ ਉੱਤੇ ਹੁਣ ਤਾਂ ਇੰਡੀਅਨ ਪੀਨਲ ਕੋਡ ਦੀਆਂ ਧਾਰਾਵਾਂ ਲੱਗਣ ਤੱਕ ਜਾ ਰਹੀਆਂ ਹਾਲਾਂ ਅਜੇ ਉਹਦਾ ਡਾਇਰੈਕਟ ਉਹਨੂੰ ਨੇਮ ਨਹੀਂ ਕੀਤਾ ਗਿਆ ਜਿਵੇਂ ਪੁਲਿਸ ਕਮਿਸ਼ਨਰ ਨੇ ਕਿਹਾ ਪਰ 124A 153A ਔਰ ਕਹਿੰਦਾ ਜੀ ਅਸੀਂ ਤਸ਼ਵੀਸ਼ ਸਾਈਬਰ ਸੈੱਲ ਦੇ ਹਵਾਲੇ ਕਰ ਦਿੱਤੀ ਹੈ ਔਰ ਉਹਨਾਂ ਦਾ ਪੁਲਿਸ ਕਮਿਸ਼ਨਰ ਕਹਿ ਰਿਹਾ ਕਿ ਜੀ ਅਸੀਂ ਹੁਣ ਗ੍ਰੇਟਾ ਥਨਵਰਗ ਨੇ ਜਦੋਂ ਟਵੀਟ ਕੀਤਾ ਉਹਨੇ ਨਾਲ ਜਿਹੜੀ ਹੈ ਇੱਕ ਉਹਨੇ ਕਿਹਾ ਕਿ ਵੀ ਅੱਗੋਂ ਜਿਹਨੇ ਇਸ ਨੂੰ ਫੋਲੋ ਕਰਨਾ ਹੈ ਜਾਂ ਇਸ ਦੇ ਉੱਤੇ ਮਦਦ ਕਰਨੀ ਹੈ ਜ਼ਾਹਰ ਹੈ ਉਹਨੇ ਇੱਕ ਟੂਲ ਕਿੱਟ ਜਿਹੜੀ ਹੈ ਉਹ ਪੋਸਟ ਕੀਤੀ ਉਹਦਾ ਲਿੰਕ ਔਰ ਇਹਨਾਂ ਨੇ ਹੁਣ ਇਹਨਾਂ ਦਾ ਇੰਡੀਆ ਪੁਲਿਸ ਜਿਹੜੀ ਹੈ ਉਹਨਾਂ ਦਾ ਕਮਿਸ਼ਨਰ ਪ੍ਰੈਸ ਕਾਨਫਰੰਸ ਕਰਕੇ ਕਹਿ ਰਿਹਾ ਹੈ ਕਿ ਇਹ ਟੂਲ ਕਿੱਟ ਜਿਹੜੀ ਹੈ ਐਕਚੁਲੀ ਪੋਇਟਿਕ ਜਸਟਿਸ ਫਾਊਂਡੇਸ਼ਨ ਨੇ ਦੀ ਹੈਗੀ ਹੈ ਜਿਹੜੇ ਖਾਲਿਸਤਾਨੀ ਨੇ ਔਰ ਇਹ ਪੋਇਟਿਕ ਜਸਟਿਸ ਫਾਊਂਡੇਸ਼ਨ ਵਾਲਿਆਂ ਨੇ ਉਹਨਾਂ ਨੇ ਕਿਹਾ ਕਿ ਭਾਈ ਉਹਨਾਂ ਨੇ ਇਹ ਅਪਲੋਡ ਕੀਤੀ ਸੀ ਔਰ ਉਹਦੇ 'ਚ ਜੋ ਕੁਛ 23 ਤੋਂ 26 ਜਨਵਰੀ ਤੱਕ ਵਾਪਰਿਆ ਪ੍ਰਾਇਰ ਐਕਸ਼ਨ ਪਲਾਨ ਦੇ ਥੱਲੇ ਇੱਕ ਦਸਤਾਵੇਜ਼ ਸੀ ਜਿਹੜਾ ਬਾਅਦ 'ਚ ਉਹਨਾਂ ਨੇ ਡਿਲੀਟ ਕਰ ਦਿੱਤਾ ਉਹਨਾਂ ਨੇ ਕਿਹਾ ਵੀ ਉਹਦੇ ਥੱਲੇ ਹੀ ਸੀ ਕਿ 26 ਨੂੰ ਇਹ ਐਕਸ਼ਨ ਕਰਨਾ ਹੈ 25 ਨੂੰ ਇਹ ਕਰਨਾ ਹੈ ਫਿਰ ਜਿਹੜਾ ਇੱਕ ਟਵੀਟ ਵਾਰ ਕਰਨੀ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਇਸ ਕਿਸਮ ਦੇ ਅਸੀਂ ਲੱਭੇ ਨੇ 300 ਤੋਂ ਜ਼ਿਆਦਾ ਟਵਿੱਟਰ ਹੈਂਡਲਰ ਵੈਸੇ ਇਹਨਾਂ ਨੂੰ ਵਿਚਾਰਿਆਂ ਨੂੰ ਝੂਠ ਇੰਨੇ ਕੁ ਬੋਲਦੇ ਨੇ ਇਹਨਾਂ ਨੂੰ ਝੂਠ ਭੁੱਲ ਜਾਂਦਾ ਹੈ 26 ਜਨਵਰੀ ਤੋਂ ਪਹਿਲਾਂ ਇਹਨਾਂ ਨੇ 2 ਦਿਨ ਪਹਿਲਾਂ ਇੱਕ ਪੁਲਿਸ ਦੀ ਸਟੇਟਮੈਂਟ ਸੀ ਕਿ ਜੀ ਅਸੀਂ 300 ਤੋਂ ਜ਼ਿਆਦਾ ਟਵਿੱਟਰ ਹੈਂਡਲ ਪਾਕਿਸਤਾਨ 'ਚ ਲੋਕੇਟ ਕੀਤੇ ਨੇ ਜਿਹੜੇ ਭੜਕਾਟ ਦਾ ਕੰਮ ਕਰ ਰਹੇ ਨੇ ਭਾਈ ਹੁਣ ਜੇ ਤੁਸੀਂ ਇਸ ਪ੍ਰਾਇਰ ਐਕਸ਼ਨ ਪਲਾਨ ਦੀ ਔਰ ਇਸ ਟੂਲ ਕਿੱਟ ਦਾ ਜ਼ਿਕਰ ਕਰਨਾ ਸੀ ਫਿਗਰ ਹੀ ਬਦਲ ਲਓ 400 ਕਹਿ ਦਿਓ 250 ਕਹਿ ਦਿਓ ਇਹਦਾ ਮਤਲਬ ਹੈ ਕਿ ਉਹ ਬਾਬੂ ਨੇ 300 ਟਾਈਪ ਕਰਕੇ ਰੱਖਿਆ ਉਹਨੂੰ ਇਹ ਕਿਹਾ ਹੋਇਆ ਕਿ ਵੀ ਜਿਹੜੀ ਸਟੇਟਮੈਂਟ ਦੇਣੀ ਤੁਸੀਂ 300 ਪਾ ਦੇਣਾ ਵੀ 300 ਪਾਕਿਸਤਾਨ 'ਚ ਲੋਕੇਟ ਕਰਕੇ ਇਹਨਾਂ ਨੇ ਡਿਸਫੰਕਸ਼ਨ ਕੀਤੇ ਹੁਣ ਇਹ ਕਹਿੰਦੇ ਨੇ ਜੀ ਜਿਹੜੀ ਗ੍ਰੇਟਾ ਥਨਵਰਗ ਨੇ ਟੂਲ ਕਿੱਟ ਦਿੱਤੀ ਜਿਹੜੀ ਕਿ ਇਹਨਾਂ ਦੇ ਕਹਿਣ ਮੁਤਾਬਕ ਪੋਇਟਿਕ ਜਸਟਿਸ ਫਾਊਂਡੇਸ਼ਨ ਜਿਹੜੀ ਖਾਲਿਸਤਾਨੀ ਜਥੇਬੰਦੀ ਹੈ ਉਹਨਾਂ ਨੇ ਡਿਵੈਲਪ ਕੀਤੀ ਉਹਦੇ 'ਚ ਜਿਹੜੇ ਨੇ 300 ਤੋਂ ਜ਼ਿਆਦਾ ਟਵਿੱਟਰ ਹੈਂਡਲ ਜਿਹੜੇ ਐਂਟੀ ਇੰਡੀਆ ਪ੍ਰੋਪੇਗੈਂਡਾ ਕਰ ਰਹੇ ਨੇ ਔਰ ਜਿਹਨਾਂ ਨੂੰ ਇਹ ਕਿਹਾ ਗਿਆ ਕਿ ਇਹ ਕਰਨਾ ਹਾਲਾਂ ਇਹ ਜਿੰਨੇ ਰੌਲਾ ਪਾ ਰਹੇ ਨੇ ਇਹਨਾਂ ਦਾ ਅੱਜ ਇੱਕ ਜਿਹੜਾ ਇਹਨਾਂ ਦਾ ਹਮਦਰਦ ਹੈ ਉਹ ਕਹਿੰਦੇ ਕੋਈ ਅਕਲ ਦੀ ਦਵਾਈ ਖਾਓ ਆਪਣੇ ਸਿਰ 'ਚ ਸੁਭਾਅ ਆਪ ਹੀ ਪਵਾਈ ਜਾਂਦੇ ਹੋ ਸੋਸ਼ਲ ਮੀਡੀਆ 'ਤੇ ਕਈ ਕੁਛ ਆਉਂਦਾ ਆ ਵੀ ਗਿਆ ਟਵੀਟ ਜਿਹਨੂੰ ਨਹੀਂ ਵੀ ਪਤਾ ਸੀ ਉਹਨੂੰ ਪਤਾ ਲੱਗ ਗਿਆ ਕਈ ਮਿਲੀਅਨ ਜਿਹੜੇ ਇਹਦੇ ਫੋਲੋਅਰ ਵੱਧ ਗਏ ਨੇ ਬੀਬੀ ਰਿਹਾਨਾ ਦੇ ਵੀ ਔਰ ਗ੍ਰੇਟਾ ਥਨਵਰਗ ਦੇ ਵੀ ਔਰ ਹਰ ਇੱਕ ਨੇ ਜਿਹੜਾ ਜਿਸ ਕਿਸਮ ਦੀ ਸਪੋਰਟ ਥਰੋ ਕੀਤੀ ਹੈ ਔਰ ਇਸੇ ਤਰ੍ਹਾਂ ਜੇ ਹੁਣ ਕਮਲਾ ਹੈਰਿਸ ਕੱਲ੍ਹ ਤੱਕ ਤਾਂ ਇਹ ਅਰਨਾਬ ਗੋਸਵਾਮੀ ਔਰ ਦੂਸਰਾ ਭਾਰਤ ਕੀ ਬੇਟੀ ਕਹਿੰਦੇ ਹੁਣ ਜਦੋਂ ਉਹਦੀ ਭਾਣਜੀ ਮੀਨਾ ਹੈਰਿਸ ਨੇ ਕੀਤਾ ਉਹਨੇ ਅੱਜ ਫਿਰ ਠੋਕਿਆ ਦੁਬਾਰਾ ਉਹਨੇ ਕਿਹਾ ਜੀ ਅਸੀਂ ਚੁੱਪ ਕਰਨ ਵਾਲੇ ਨਹੀਂ ਹੈ ਅਤੇ ਹੁਣ ਉਹ ਸਾਰੇ ਹਿੰਦੂ ਤਵਈ ਉੱਥੇ ਹਿੰਦੂ ਮਹਾਂਸਭਾ ਔਰ RSS ਉਹ ਹੋ ਕੇ ਉਹਦੀਆਂ ਉਹਦੀ ਫੋਟੋ ਜਿਹੜੀ ਆ ਉਹਨੂੰ ਸਾੜ ਰਹੇ ਨੇ ਮੁਰਦਾਬਾਦ ਇਹ ਭਾਰਤ ਦੀ ਬੇਟੀ ਨੂੰ ਦਾ ਕੀ ਹੋ ਗਿਆ ਔਰ ਗ੍ਰੇਟਾ ਥਨਵਰਗ ਜਿਹਦੇ ਖਿਲਾਫ ਇਹਨਾਂ ਨੇ ਇਹ ਸਾਰੀ ਇਸ ਕਿਸਮ ਦਾ ਉੱਥੇ ਪ੍ਰੋਪੇਗੈਂਡਾ ਸ਼ੁਰੂ ਕੀਤਾ ਹੋਇਆ ਉਹਨੇ ਅੱਜ ਫਿਰ ਟਵੀਟ ਉਹਨੇ ਕਿਹਾ ਮੈਂ ਇਹ ਨਹੀਂ ਹੈਡ ਮੈਂ ਕਿਸਾਨਾਂ ਦੇ
ਨਾਲ ਖਲੋਤੀਆਂ ਔਰ ਹੁਣ ਸਾਹਿਬ ਬਹਾਦਰ ਜੀ ਭਾਰਤ ਦਾ ਤਾਂ ਸਾਹਿਬ ਬਹਾਦਰ ਅਮਰੀਕਾ ਹੀ ਹੈ ਜੀ ਜਿਵੇਂ ਮੋਦੀ ਨੇ ਆ ਕੇ ਅਬ ਕੀ ਬਾਰ ਟਰੰਪ ਸਰਕਾਰ ਇੱਥੇ ਆ ਕੇ ਹੁਣ ਉਹ ਸਾਰੇ ਉਹਨੂੰ ਰਿਮਾਈਂਡ ਕਰਵਾ ਰਹੇ ਨੇ ਕਹਿੰਦੇ ਜੀ ਵੀ ਤੁਸੀਂ ਜੋ ਕਹਿੰਦੇ ਹੋ ਜੀ ਇਹ ਸਾਡਾ ਅੰਦਰੂਨੀ ਮਾਮਲਾ ਹੈ ਜਦੋਂ ਕੈਪੀਟਲ ਹਿੱਲ ਦੇ ਉੱਤੇ ਜੋ ਵੀ ਹੋਇਆ ਟਰੰਪ ਦੇ ਜਾਂਦੇ ਜਾਂਦੇ ਦਿਨ ਵਾਲੇ ਦਿਨ ਉਸ ਤੋਂ ਕੁਛ ਦਿਨ ਪਹਿਲਾਂ ਉਦੋਂ ਵੀ ਮੋਦੀ ਨੇ ਬਿਆਨ ਦਿੱਤਾ ਦੁਨੀਆ ਉਦੋਂ ਨਹੀਂ ਤੁਹਾਨੂੰ ਲੱਗਾ ਵੀ ਅਮਰੀਕਾ ਦਾ ਅੰਦਰੂਨੀ ਮਾਮਲਾ ਹੈ ਜਦੋਂ ਅਮਰੀਕਾ 'ਚ ਹਿਊਸਟਨ 'ਚ ਖਲੋ ਕੇ ਟਰੰਪ ਲਈ ਵੋਟਾਂ ਮੰਗੀਆਂ ਉਦੋਂ ਅੰਦਰੂਨੀ ਮਾਮਲਾ ਨਹੀਂ ਲੱਗਾ ਮਿਆਂਮਾਰ 'ਚ ਕੁਛ ਹੁੰਦਾ ਸ਼੍ਰੀਲੰਕਾ 'ਚ ਹੁੰਦਾ ਕਿ ਭਾਈ ਅਕਲ ਦੀ ਦਵਾਈ ਖਾਓ ਤੁਸੀਂ ਜਮਹੂਰੀਅਤ ਆਪਣੇ ਆਪ ਨੂੰ ਕਹਿੰਦੇ ਹੋ ਜੇ ਤੁਸੀਂ ਕਿਉਂਕਿ ਜਿੰਨਿਆਂ ਨੇ ਵੀ ਕਿਹਾ ਉਹਨਾਂ ਨੇ ਖੇਤੀ ਕਾਨੂੰਨਾਂ ਦਾ ਤਾਂ ਜ਼ਿਕਰ ਹੀ ਨਹੀਂ ਕੀਤਾ ਉਹਨਾਂ ਨੇ ਤਾਂ ਇਹ ਕਿਹਾ ਵੀ ਤੁਸੀਂ ਇੰਟਰਨੈਟ ਕੱਟਿਆ ਹੈ ਤੁਸੀਂ ਲੋਕਾਂ ਦੀ ਜਿਹੜੀ ਹੈ ਐਕਸੈਸ ਜਿਹੜੀ ਹੈ ਉਹ ਤੋੜੀ ਹੈ ਜਿਹੜੀਆਂ ਅਸੈਂਸ਼ਲਸ ਨੇ ਉਹਨਾਂ ਦਾ ਰਾਈਟ ਟੂ ਪੀਸਫੁਲੀ ਗੈਦਰ ਉਹਨਾਂ ਦਾ ਹੱਕ ਖੋਇਆ ਇਹ ਠੀਕ ਨਹੀਂ ਹੈ ਔਰ ਅੱਜ ਹਾਲਾਤ ਉੱਥੇ ਜੋ ਚੱਲ ਰਹੇ ਨੇ ਜਿਵੇਂ ਉਹਨਾਂ ਨੇ ਪਾਣੀ ਔਰ ਦੂਸਰੇ ਦੀ ਐਕਸੈਸ ਵੀ ਨਹੀਂ ਹੈ ਉਹਨਾਂ ਦਾ ਜਿਹੜਾ ਇੱਕ ਡਾਕਟਰਸ ਦਾ ਗਰੁੱਪ ਹੈ ਜਿਹੜਾ ਜਿਹਨਾਂ ਨੂੰ ਇਹਨਾਂ ਨੇ ਬਾਹਾਂ ਭੰਨੀਆਂ ਜਿਹਨਾਂ ਡਾਕਟਰਾਂ ਦੀਆਂ ਵੀ ਉਹਨਾਂ ਦਾ ਇੱਕ ਡਾਕਟਰ ਕਹਿ ਰਿਹਾ ਸੀ ਉਹਨੇ ਕਿਹਾ ਆਉਣ ਵਾਲੇ ਦਿਨਾਂ 'ਚ ਮੌਤਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਜਾਏਗੀ ਉੱਥੇ ਲੋਕ ਜਿਸ ਕਿਸਮ ਦਾ ਚੱਲ ਰਿਹਾ ਇੰਨੇ ਲੋਕ ਬੈਠੇ ਨੇ ਬਿਮਾਰੀ ਵੀ ਫੈਲੇਗੀ ਔਰ ਇਸ ਸਾਰੇ 'ਚੋਂ ਅਲਟੀਮੇਟਲੀ ਸਾਹਿਬ ਬਹਾਦਰ ਅਮਰੀਕਾ ਨੇ ਵੀ ਅੱਜ ਦਿੱਲੀ ਬੇਸਡ ਅਮਰੀਕਨ ਐਮਬੈਸੀ ਨੇ ਵੀ ਇਹਦੇ 'ਤੇ ਸਟੇਟਮੈਂਟ ਦਿੱਤੀ ਹੈ ਕਿਉਂਕਿ ਹੁਣ ਇਕੱਲੀ ਇਹ ਗੱਲ ਇਹ ਨਹੀਂ ਸੀ ਕਿ ਰਿਹਾਨਾ ਨੇ ਕੀ ਕਿਹਾ ਜਾਂ ਗ੍ਰੇਟਾ ਨੇ ਕੀ ਕਿਹਾ ਇਸ ਤੋਂ ਬਾਅਦ ਇੰਨੇ ਕੁ ਹੁਣ ਨੇ ਟਵੀਟ ਸਾਰੇ ਪਾਸਿਓਂ ਕਿ ਹੁਣ ਤੁਸੀਂ ਦੇਖੋ ਵੀ ਕਿਸ ਹੱਦ ਤੱਕ ਅਖੌਤੀ ਦੇਸ਼ ਭਗਤੀ ਹੈ ਕਿ 70 ਤੋਂ ਜ਼ਿਆਦਾ ਦਿਨਾਂ ਤੋਂ ਬੈਠੇ ਉਹ ਕਿਸਾਨ ਜਿਹਨਾਂ ਨੇ ਤੁਹਾਨੂੰ ਜਿਹੜਾ ਪਾਲਿਆ ਪੁਸ ਜਿਹਨਾਂ ਦੀ ਜ਼ਮੀਨ 'ਚ ਇਹ ਠੀਕ ਕਿਹਾ ਜੋ ਗਾਜ਼ੀਪੁਰ ਇਹਨਾਂ ਦਾ ਟਿਕੈਤ ਦਾ ਹੀ ਪਾਰਟੀ ਦਾ ਇੱਕ ਕਹਿ ਰਿਹਾ ਸੀ ਉਹਨੂੰ ਕਿਹਾ ਕਿ ਜੀ ਹੁਣ ਇਹ ਆ ਗਿਆ ਕਿ ਜੀ ਦਿੱਲੀ ਪੁਲਿਸ ਜਿਹੜੀ ਹੈ ਕਿੱਲਾਂ ਪੁੱਟ ਰਹੀ ਹੈ ਇੱਕ ਥਾਂ ਤੋਂ ਉਹਨੂੰ ਰੀਪੋਜੀਸ਼ਨ ਕਰ ਰਹੀ ਹੈ ਉਹ ਕਹਿੰਦਾ ਵੀ ਹਾਂ ਅਸੀਂ ਅਨਾਜ ਬੀਜ ਰਹੇ ਹਾਂ ਇਹ ਕਿੱਲਾਂ ਬੀਜ ਰਹੇ ਨੇ ਬਿਲਕੁਲ ਇਹ ਗੱਲ ਬੜੀ ਡੂੰਘੀ ਹੈ ਕਿਉਂਕਿ ਅਲਟੀਮੇਟਲੀ ਜੇ ਲੋੜੇ ਦਾਖ ਬਿਜੋਰੀਆਂ ਫਰੀਦਾ ਲੋੜੇ ਦਾਖ ਬਿਜੋਰੀਆਂ ਕਿੱਕਰ ਬੀਜੇ ਜੱਟ ਕਿੱਕਰ ਦੇ ਕੰਡੇ ਹੁੰਦੇ ਨੇ ਜੇ ਤੁਸੀਂ ਕਿੱਕਰ ਬੀਜਿਆ ਤਾਂ ਕਿੱਕਰ ਹੀ ਵੱਢੋਗੇ ਬਿਲਕੁਲ ਔਰ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਫਸਲ ਉਗਾਉਣ ਵਾਲੇ ਹਾਂ ਔਰ ਇਹ ਤੁਸੀਂ ਕਿੱਲਾਂ ਬੀਜ ਰਹੇ ਹੋ ਇਹੀ ਤੁਹਾਡਾ ਕੰਮ ਹੈ ਔਰ ਇਹ ਹੁਣ ਰੱਬ ਨਿਆਂ ਕਰੇਗਾ ਕਿਹਦੇ ਨਾਲ ਕੀ ਹੋਏਗਾ ਔਰ ਜਿਵੇਂ ਇੱਕ ਹੋਰ ਸੁਸ਼ਾਂਤ ਸਿੰਘ ਨਾਂ ਦੇ ਸੱਜਣ ਨੇ ਕਿਹਾ ਉਹਨੇ ਕਿਹਾ ਜੀ ਕਿਸਾਨਾਂ ਦੇ ਖੇਤ ਦਿਖਾ ਦਿਖਾ ਕੇ ਹਾਂ ਜਿਹਨਾਂ ਬੰਬਈ ਵਾਲਿਆਂ ਨੇ ਕਰੋੜਾਂ ਕਮਾਏ ਅੱਜ ਜੇ ਕਿਸਾਨ ਮੁਸ਼ਕਲ 'ਚ ਹੈ ਅਤੇ ਇਹਨਾਂ ਦਾ ਤੇਲ ਨਿਕਲ ਗਿਆ ਹੈ ਕਿ ਭਾਈ ਤੁਸੀਂ ਸਰੋਂ ਦੇ ਖੇਤ ਦਿਖਾਉਂਦੇ ਰਹੇ ਹੁਣ ਤੁਹਾਡਾ ਤੇਲ ਨਿਕਲਿਆ ਨਹੀਂ ਔਰ ਹੁਣ ਬੋਲ ਪਹਿਲਾਂ ਤਾਂ ਚਲੋ ਚੁੱਪ ਵੀ ਰਹਿੰਦੇ ਤੁਸੀਂ ਕਹਿੰਦੇ ਹੋ ਵੀ ਕੋਈ ਗੱਲ ਨਹੀਂ ਖਸਮਾਂ ਨੂੰ ਖਾਓ ਹੁਣ ਜਦੋਂ ਉਹਨਾਂ ਨੇ ਜੀ ਕਿ ਯੂਨਾਈਟਿਡ ਇੰਡੀਆ ਪ੍ਰੋਪੇਗੈਂਡਾ ਅਗੇਂਸਟ ਇੰਡੀਆ ਟਵਿੱਟਰ ਹੈਂਡਲਰ ਅਮਿਤ ਸ਼ਾਹ ਨੇ ਕੀਤਾ ਇੱਕ ਤੋਂ ਬਾਅਦ ਇੱਕ ਲਤਾ ਮੰਗੇਸ਼ਕਰ ਕਿ ਬਈ ਤੂੰ ਹੁਣ ਪਹੁੰਚੀ ਹੈ ਬੁਢਾਪੇ 'ਚ ਤੇਰੇ ਐਡਮਾਇਰਰ ਸਾਰੇ ਪਾਸੇ ਨੇ ਪਰ ਉਹ ਜਿਹੜਾ ਹਿੰਦੂਤਵਾ ਦਾ ਐਲੀਮੈਂਟ ਹੈ ਉਹ ਬਹਿਣ ਥੋੜ੍ਹੀ ਦਿੰਦਾ ਕਿਤੇ ਕ੍ਰਿਕਟਰ ਦੂਜੇ ਤੀਜੇ ਔਰ ਉਹ ਆਪਣੇ ਕੰਮ ਲੱਗੇ ਹੋਏ ਨੇ ਔਰ ਅਮੈਰੀਕਨ ਐਮਬੈਸੀ ਨੇ ਜਿਹੜਾ ਦਿੱਲੀ ਦੇ ਵਿੱਚ ਕਿਹਾ ਕਿ ਭਾਈ ਉਹਨਾਂ ਨੇ ਇਹ ਜਿਹੜਾ ਵੀ ਹੈਵ ਟੇਕਨ ਨੋਟ ਆਫ ਦਾ ਹੁਣ ਉਹਦੇ 'ਤੇ ਰਿਐਕਟ ਕਰ ਰਹੇ ਨੇ ਕਿ ਬਈ ਅਸੀਂ ਜਿਹੜਾ ਬਿਲਕੁਲ ਗੱਲਬਾਤ ਵੀ ਕਰ ਰਹੇ ਹਾਂ ਔਰ ਇਹਦਾ ਹੈਡਿੰਗ ਇਹ ਹੈ ਗਵਰਨਮੈਂਟ ਨੈਗੋਸ਼ੀਏਟਿੰਗ ਵਿਦ ਫਾਰਮਰਸ ਸੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਇਨ ਰਿਸਪੋਂਸ ਟੂ ਯੂ ਐੱਸ ਸਟੇਟਮੈਂਟ ਕਿਉਂਕਿ ਉਹਨਾਂ ਨੇ ਜਿਹੜਾ ਇਹ ਕਿਹਾ ਕਿ ਵੀ ਜਿਹੜੀ ਯੂ ਐੱਸ ਨੇ ਕਿਹਾ ਉਹਨਾਂ ਦੀ ਐਮਬੈਸੀ ਨੇ ਕਿ ਜੀ ਤੁਸੀਂ ਜਿਹੜੀ ਇਹਨਾਂ ਦੇ ਨਾਲ ਗੱਲਬਾਤ ਕਰੋ ਅਸੀਂ ਇਸ ਦੇ ਉੱਤੇ ਜਿਹੜਾ ਉਹ ਗੱਲਬਾਤ ਕਰ ਰਹੇ ਹਾਂ ਔਰ ਨਾਲ ਦੀ ਨਾਲ ਇਸ ਨੂੰ ਹੀ ਉਹਨਾਂ ਨੇ ਜਸਟੀਫਾਈ ਕਰਦਿਆਂ ਕਿਹਾ ਕਿ ਵੀ ਹੈਵ ਟੇਕਨ ਨੋਟ ਆਫ ਦਾ ਕਮੈਂਟਸ ਆਫ ਯੂ ਐੱਸ ਸਟੇਟ ਡਿਪਾਰਟਮੈਂਟ ਐਂਡ ਵੀ ਵੁੱਡ ਸੇ ਇਟ ਇਜ਼ ਇੰਪੋਰਟੈਂਟ ਟੂ ਸੀ ਦੈਮ ਇਨ ਕੰਟੈਕਸਟ ਦੇ ਆਰ ਮੇਡ ਐਂਡ ਇਨ ਦਾ ਇੰਟਾਇਰਟੀ ਹੁਣ ਇੱਥੇ ਨਹੀਂ ਕਿਹਾ ਕਿ ਜੀ ਸਾਡੇ ਮਾਮਲੇ 'ਚ ਦਖਲ ਅੰਦਾਜ਼ੀ ਨਾ ਕਰੋ ਹੁਣ ਜੇ ਕਿਸੇ ਕੋਮਨ ਬੰਦੇ ਨੇ ਸਿਟੀਜ਼ਨ ਨੇ ਦੁਨੀਆ ਜਿਹੜਾ ਹਿਊਮਨ ਰਾਈਟਸ ਨੂੰ ਪਿਆਰ ਕਰਦਾ ਕਿਹਾ ਤਾਂ ਇਹਨਾਂ ਦੀਆਂ ਚੀਕਾਂ ਨਿਕਲ ਗਈਆਂ ਹੁਣ ਸਾਹਿਬ ਬਹਾਦਰ ਦੇ ਸਾਹਮਣੇ ਕੀ ਕਹਿਣ ਔਰ ਇਸ ਸਾਰੇ ਦੇ ਨਾਲ ਨਾਲ ਅਸੀਂ ਦੇਖ ਰਹੇ ਹਾਂ ਕਿ ਭਾਈ ਜਿਹੜੀ ਹੈ ਜਿਵੇਂ ਇਲਹਾਨ ਉਮਰ ਕਾਂਗਰਸ ਵੂਮੈਨ ਹੈ ਉਹਨੇ ਵੀ ਟਵੀਟ ਕੀਤਾ ਸੋਲੀਡੈਰਿਟੀ ਵਿਦ ਆਲ ਦਾ ਫਾਰਮਰਸ ਅਕਰੋਸ ਇੰਡੀਆ ਪ੍ਰੋਟੈਸਟਿੰਗ ਫੋਰ ਦੇਅਰ ਲਾਈਵਲੀਹੁੱਡ ਇੰਡੀਆ ਮਸਟ ਪ੍ਰੋਟੈਕਟ ਦੇਅਰ ਬੇਸਿਕ ਡੈਮੋਕਰੈਟਿਕ ਰਾਈਟਸ ਅਲਾਓ ਫਾਰ ਦਾ ਫਰੀ ਫਲੋ ਆਫ ਇਨਫੋਰਮੇਸ਼ਨ ਰੀਇਨਸਟੇਟ ਇੰਟਰਨੈਟ ਐਕਸੈਸ
ਐਂਡ ਰਿਲੀਜ਼ ਆਲ ਦਾ ਜਰਨਲਿਸਟ ਡਿਟੇਨਡ ਫਾਰ ਕਵਰਿੰਗ ਦਾ ਪ੍ਰੋਟੈਸਟ। ਇਹ ਵੀ ਇਲਹਾਨ ਉਮਰ ਵੀ ਬੜੀ ਬਹਾਦਰ ਔਰਤ ਹੈ ਔਰ ਮਜ਼ਬੂਤੀ ਦੇ ਨਾਲ ਜਿਹੜਾ ਇਸ ਦੇ ਉੱਤੇ ਉਹਨੇ ਟਵੀਟ ਕੀਤਾ। ਇਸੇ ਤਰ੍ਹਾਂ ਜਿਹੜਾ ਜੂਜੂ ਸਮਿਥ ਸ਼ੂਸਟਰ ਉਹਨੇ ਇਹ ਕਿਹਾ ਕਿ ਹੈਪੀ ਟੂ ਸ਼ੇਅਰ ਦੈਟ ਆਈ ਹੈਵ ਡੋਨੇਟਿਡ $10,000 ਟੂ ਪ੍ਰੋਵਾਈਡ ਮੈਡੀਕਲ ਅਸਿਸਟੈਂਸ ਟੂ ਦਾ ਫਾਰਮਰਸ ਇਨ ਨੀਡ ਇਨ ਇੰਡੀਆ ਟੂ ਹੈਲਪ ਸੇਵ ਲਾਈਵਸ ਡਿਊਰਿੰਗ ਦੀਸ ਟਾਈਮਸ। ਆਈ ਹੋਪ ਵੀ ਕੈਨ ਪ੍ਰੀਵੈਂਟ ਐਨੀ ਐਡੀਸ਼ਨਲ ਲਾਈਫ ਫਰੋਮ ਬੀਂਗ ਲੋਸਟ। ਸੋ ਇਹ ਵੀ ਇੱਕ ਪਾਸੇ ਇਹ ਮੁਹਿੰਮ ਪੂਰੇ ਜ਼ੋਰ ਦੇ ਨਾਲ ਚੱਲ ਰਹੀ ਹੈ ਔਰ ਇਸ ਸਾਰੇ ਤੋਂ ਜਦੋਂ ਇਹਨਾਂ ਸਾਰਿਆਂ ਨੂੰ ਹੀ ਨਕਾਰ ਰਹੇ ਨੇ ਤਾਂ ਇੱਕ ਨਿਖਿਲ ਤੈਨੇਜਾ ਨੇ ਇਸ ਦੇ ਉੱਤੇ ਕਮੈਂਟ ਕੀਤਾ ਕਿ ਰਿਹਾਨਾ ਡਜ਼ੰਟ ਨੋ, ਗ੍ਰੇਟਾ ਡਜ਼ੰਟ ਨੋ, ਟਰੂਡੋ ਡਜ਼ੰਟ ਨੋ, ਦਲਜੀਤ ਦੁਸਾਂਝ ਡਜ਼ੰਟ ਨੋ, ਹਿਊਮਨ ਰਾਈਟਸ ਐਕਟਿਵਿਸਟ ਡੋਂਟ ਨੋ, ਨਿਊਯਾਰਕ ਟਾਈਮਸ, CNN, ਵਾਪੋ ਡੋਂਟ ਨੋ, ਐਨੀ ਫਾਰਮਰਸ ਡੈਫੀਨੇਟਲੀ ਡੋਂਟ ਨੋ ਵਟ ਦੇ ਆਰ ਟਾਕਿੰਗ ਅਬਾਊਟ, ਓਨਲੀ ਕੰਗਨਾ ਨੋਜ਼ ਐਂਡ ਸ਼ੀ ਇਜ਼ ਆਲਵੇਜ਼ ਰਾਈਟ। ਹੈ ਨਾ, ਹੁਣ ਇਹ ਜਿਹੜੀ ਉਹਨਾਂ ਨੇ ਆਪਣੀ ਸ਼ੋ ਗਰਲ ਰੱਖੀ ਹੋਈ ਹੈ, ਸਪੋਕਸਪਰਸਨ ਔਫੀਸ਼ੀਅਲ ਨਹੀਂ ਹੈ ਪਰ ਇਹ ਰਿਪ੍ਰਜੈਂਟ ਕਰਦੀ ਹੈ ਜਿਹੜੀ ਹੈ ਹਿੰਦੂਤਵੀ ਆਈਡੀਓਲੋਜੀ ਨੂੰ। ਔਰ ਇਹੀ ਨਹੀਂ, ਦੇਖੋ ਤੁਸੀਂ ਇਹਨਾਂ ਦਾ ਉੱਪਰੋਂ ਥੱਲੇ ਤੱਕ ਤਾਣਾ ਬਾਣਾ ਕੀ ਹੈ। ਹੁਣ ਜਿਹੜੀ ਇਨਵਾਇਰਮੈਂਟਲਿਸਟ ਹੈ ਬੀਬੀ, ਉਸ ਦਾ ਕਿਸ ਲੈਵਲ ਦਾ ਸਟੇਟਸ ਹੈ ਥਨਬਰਗ ਦਾ? ਔਰ ਇਹਨਾਂ ਦੀ ਇੱਕ MP ਜਿਹਦਾ ਨਾਂ ਲੇਖਾ ਹੈ BJP ਦੀ, ਉਹ ਇਹ ਮੀਨਾਕਸ਼ੀ ਲੇਖੀ ਉਹ ਕਹਿ ਰਹੀ ਹੈ ਇੰਡੀਆ ਸ਼ੁੱਡ ਗਿਵ ਹਰ ਚਾਈਲਡ ਬਰੇਵਰੀ ਅਵਾਰਡ, ਕਿਉਂਕਿ ਅਜੇ ਉਹ 18 ਦੀ ਹੋਈ ਨਹੀਂ ਹੈ, ਹੋਣ ਵਾਲੀ ਹੈ। ਉਹਨੇ ਕਿਹਾ ਜੀ ਇਹ ਜਿਹੜਾ ਕਿਹਾ ਉਹਨੂੰ ਬਰੇਵਰੀ ਅਵਾਰਡ ਦਿਓ ਔਰ ਇਸ ਸਾਰੇ ਦੇ ਉੱਤੇ। ਔਰ ਇਹਦੇ 'ਤੇ ਜਿਹੜਾ ਇੱਕ ਅੱਛਾ ਟਵੀਟ ਤਾਪਸੀ ਪੰਨੂ ਦਾ ਹੈ, ਉਹਨੇ ਕਿਹਾ ਕਿ ਵਰਕ ਔਨ ਸਟਰੈਂਥਨਿੰਗ ਯੋਰ ਵੈਲਿਊ ਸਿਸਟਮ ਟੂ ਨੋਟ ਬਿਕਮ ਪ੍ਰੋਪੇਗੈਂਡਾ ਟੀਚਰ ਫਾਰ ਅਦਰਸ। ਇਧਰਲੀਆਂ ਉਧਰਲੀਆਂ ਨਾ ਮਾਰੋ, ਪਹਿਲਾਂ ਤੁਸੀਂ ਦੇਖੋ ਕਿ ਭਾਈ ਤੁਸੀਂ ਹੈ ਕੀ ਹੋ, ਤੁਹਾਡੀਆਂ ਤੁਹਾਡਾ ਆਪਣਾ ਵੈਲਿਊ ਸਿਸਟਮ ਕੀ ਹੈ। ਨਾਲ ਦੀ ਨਾਲ ਉਹਨੇ ਕਿਹਾ ਇਫ ਵਨ ਟਵੀਟ ਰੈਟਲਸ ਯੋਰ ਯੂਨਿਟੀ, ਵਨ ਜੋਕ ਰੈਟਲਸ ਯੋਰ ਫੇਥ, ਔਰ ਵਨ ਸ਼ੋ ਰੈਟਲਸ ਯੋਰ ਰਿਲੀਜੀਅਸ ਬਿਲੀਫ, ਦੈਨ ਇਟ ਇਜ਼ ਯੂ ਹੂ ਹੈਜ਼ ਟੂ ਵਰਕ ਔਨ ਸਟਰੈਂਥਨਿੰਗ ਯੋਰ ਵੈਲਿਊ ਸਿਸਟਮ, ਨੋਟ ਬਿਕਮ ਪ੍ਰੋਪੇਗੈਂਡਾ ਟੀਚਰ ਫਾਰ ਅਦਰ। ਕਿ ਭਾਈ ਇੱਕ ਟਵੀਟ ਜਿਹੜਾ ਹੈ ਉਹ ਤੁਹਾਡੀ ਸਾਰੀ ਯੂਨਿਟੀ ਹਿਲਾ ਕੇ ਰੱਖ ਦਿੰਦਾ ਦੇਸ਼ ਦੀ, ਇੱਕ ਜੋਕ ਕਰੋ ਤਾਂ ਤੁਹਾਡਾ ਮਜ਼ਹਬ ਸਾਰਾ ਹਿੱਲ ਜਾਂਦਾ, ਇੱਕ ਸ਼ੋਅ ਜਿਹੜਾ ਉਹ ਤੁਹਾਡੇ ਕਿਸੇ ਵੀ ਰਿਲੀਜੀਅਸ, ਜੋ ਹੁਣ ਇਹਨਾਂ ਨੇ ਉਹ ਜਿਹੜਾ ਇੱਕ ਸੀਰੀਜ਼ ਵਾਲਾ ਚੱਲ ਰਿਹਾ ਹੈ ਉਹਦੇ ਦੇ ਉੱਤੇ ਇਹਨਾਂ ਨੇ ਕੇਸ ਕੂਸ ਕਰਕੇ ਉਹਨਾਂ ਨੂੰ ਜ਼ਮਾਨਤਾਂ ਕਰਵਾਉਣ 'ਤੇ ਮਜਬੂਰ ਕੀਤਾ ਕਿ ਜੀ ਇਹ ਹਿੰਦੂ ਧਰਮ ਦੇ ਉੱਤੇ ਜਿਹੜਾ ਉਹ ਹੈ ਇਹਨਾਂ ਦੀ ਜਿਹੜੀ ਵੈੱਬ ਸੀਰੀਜ਼ ਹੈ ਉਹਦੇ 'ਤੇ। ਉਹਨਾਂ ਨੇ ਕਿਹਾ ਜੀ ਆਪਣਾ ਵੈਲਿਊ ਸਿਸਟਮ ਪਹਿਲਾਂ ਦੇਖੋ ਕਿ ਭਾਈ ਤੁਸੀਂ ਕਿੱਥੇ ਖੜ੍ਹੇ ਹੋ। ਔਰ ਲੇਕਿਨ ਇਸ ਸਾਰੇ 'ਚ ਜਿਹੜੀ ਗੱਲ ਫਿਕਰਮੰਦੀ ਵਾਲੀ ਹੈ, ਜਿਵੇਂ ਜਦੋਂ ਹੁਣ ਅਰਨਾਬ ਗੋਸਵਾਮੀ ਦਾ ਵਟਸਐਪ ਚੈਟ ਜਿਹੜੇ ਨੇ ਉਹ ਸਾਹਮਣੇ ਆਏ ਕਿ ਕਿਵੇਂ ਪੁਲਵਾਮਾ ਤੋਂ ਪਹਿਲਾਂ ਵੀ ਉਹਨੂੰ ਪਤਾ ਸੀ ਕਿ ਕੀ ਹੋਣ ਵਾਲਾ, ਉਹਨੇ TRP ਦੀ ਗੱਲ ਕਰ ਰਿਹਾ ਸੀ, ਫਿਰ ਬਾਲਾਕੋਟ ਦੇ ਅਟੈਕ ਤੋਂ ਪਹਿਲਾਂ ਉਹਨੂੰ ਪਤਾ ਸੀ ਕਿ ਜਦੋਂ ਉਹ ਇਹ ਕਹਿ ਰਿਹਾ ਸੀ ਕਿ ਜੀ ਸਮਥਿੰਗ ਬਿਗ ਪਾਕਿਸਤਾਨ ਦੇ, ਉਹਨੇ ਕਿਹਾ ਜੀ ਦਾਊਦ ਇਬਰਾਹਿਮ ਜਿਹਦੇ ਨਾਲ ਉਹ ਚੈਟ ਕਰ, ਉਹਨੇ ਕਿਹਾ ਨੋ ਬਿਗ ਪਾਕਿਸਤਾਨ। ਹੁਣ ਜਿਹੜੀ ਗੱਲ ਮੈਂ ਸਮਝਦਾ ਔਰ ਜਿਹੜਾ ਅਸੀਂ ਇਸ ਸੈਗਮੈਂਟ ਦਾ ਸਾਡਾ ਟਾਈਟਲ ਵੀ ਹੈ, ਔਰ ਇਹ ਮੈਂ ਨਹੀਂ ਕਹਿ ਰਿਹਾ, ਦੁਨੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਜਿਹੜੇ ਜਿਸ ਫੀਲਡ ਦੇ ਹੁੰਦੇ ਨੇ ਉਹਨਾਂ ਦੇ ਕੋਲ ਉਸ ਦੀ ਹਕੀਕਤ ਹੁੰਦੀ ਹੈ। ਡਾਕਟਰ ਕਮਲ ਅਰੋੜਾ ਇਹਨਾਂ ਦੀ PhD ਜਿਹੜੀ ਹੈ ਉਹ ਜੈਨੋਸਾਈਡ ਦੇ ਉੱਤੇ ਹੈ, ਔਰ ਉਹਨਾਂ ਨੇ ਜਿਹੜਾ ਕਮੈਂਟ ਕੀਤਾ ਇਹ ਬਿਲਕੁਲ ਮੈਨੂੰ ਵੀ ਕਲਿੱਕ ਹੋਇਆ, ਹਾਲਾਂ ਵੀਰ ਸਤਨਾਮ ਸਿੰਘ ਉਹਨਾਂ ਨੇ ਵੀ ਮੈਨਸ਼ਨ ਕੀਤਾ, ਉਦੋਂ ਅਜੇ ਮੈਂ ਦੇਖਿਆ ਨਹੀਂ ਸੀ, ਬਾਅਦ 'ਚ ਮੈਂ ਦੇਖਿਆ। ਕੰਗਨਾ ਰਨੌਤ ਨੇ ਜਿਹੜਾ ਉਹਦਾ ਲੇਟੈਸਟ ਟਵੀਟ ਹੈ ਉਹਦੇ 'ਚ ਉਹਨੇ ਕਿਹਾ ਆਈ ਫੀਲ ਸੋ ਐਲੇਟਿਡ, ਆਈ ਡੋਂਟ ਰਿਮੈਂਬਰ ਬੀਇੰਗ ਸੋ ਹੈਪੀ ਐਕਸਾਈਟਿਡ ਐਵਰ, ਦਾ ਕੈਂਸਰ ਇਨ ਦਾ ਬਾਡੀ ਆਫ ਦਿਸ ਨੇਸ਼ਨ ਵੀ ਆਰ ਲੁਕਿੰਗ ਫੋਰ ਹੈਜ਼ ਬਿਨ ਲੋਕੇਟਿਡ ਆਈਡੈਂਟੀਫਾਈਡ ਐਂਡ ਨਾਉ ਦਾ ਪ੍ਰੋਸੈਸ ਆਫ ਐਰੇਡੀਕੇਸ਼ਨ ਵਿਲ ਸਟਾਰਟ ਟੂਗੈਦਰ ਵੀ ਵਿਲ ਸੀ ਥਰੂ ਦਿਸ। ਹੁਣ ਇਹ ਇੱਕ ਬੜੀ ਫਿਕਰਮੰਦੀ ਵਾਲੀ ਸਟੇਟਮੈਂਟ ਹੈ, ਕਿਉਂਕਿ ਇਹ ਵੀ ਇਹਨਾਂ ਦੀ ਚਹੇਤੀ ਲਾਡਲੀ ਸ਼ੋ ਵੋਮੈਨ ਇਹ ਉਵੇਂ ਹੀ ਹੈ ਜਿਵੇਂ ਅਰਨਾਬ ਗੁਫਰ ਜਿਹੜਾ ਉਹ ਬਿਠਾਇਆ ਹੋਇਆ ਗੋਸਵਾਮੀ ਮੀਡੀਆ 'ਚ, ਜੇ ਉਹਨੂੰ ਪਤਾ ਸੀ ਕਿ ਪੁਲਵਾਮਾ 'ਚ ਕੀ ਇਹਨਾਂ ਨੇ ਕਰਨਾ, ਆਪਣੇ ਜਵਾਨ ਮਾਰੇ ਜਾਂ ਬਾਲਾਕੋਟ 'ਚ ਕੀ ਕਰਨਾ। ਹੁਣ ਇਹ ਕਹਿ ਰਹੀ ਹੈ ਕਿ ਮੈਂ ਇੰਨੀ ਖੁਸ਼ ਹੈ, ਮੈਨੂੰ ਲੱਗਦਾ ਨਹੀਂ ਮੈਂ ਜ਼ਿੰਦਗੀ 'ਚ ਕਦੇ ਖੁਸ਼ ਹੋਈ ਹੋਵਾਂ, ਮੈਂ ਬਹੁਤ ਐਕਸਾਈਟਿਡ ਹੈ, ਕਿਉਂਕਿ ਜਿਹੜਾ ਸਾਡੇ ਮੁਲਕ ਦੇ ਵਿੱਚ ਲੱਗਾ ਹੋਇਆ ਕੈਂਸਰ ਸੀ
ਉਸ ਦਾ ਹੁਣ ਉਹ ਉਹਦੀ ਪਛਾਣ ਹੋ ਗਈ ਹੈ ਔਰ ਉਸ ਦਾ ਉਸ ਨੂੰ ਖਤਮ ਕਰਨ ਦਾ ਜਿਹੜਾ ਪ੍ਰੋਸੈਸ ਸ਼ੁਰੂ ਹੋਣ ਵਾਲਾ ਹੈ ਔਰ ਅਸੀਂ ਇਕੱਠੇ ਜਿਹੜੇ ਹੈ ਇਸ ਨੂੰ ਖਤਮ ਕਰਾਂਗੇ ਔਰ ਇਹ ਜਦੋਂ ਤੁਸੀਂ ਇੱਕ ਕੰਟੈਕਸਟ 'ਚ ਦੇਖਦੇ ਹੋ ਕਿ ਅੱਜ ਹੀ ਦਿੱਲੀ ਦੀ ਹਕੂਮਤ ਦੇ ਹਵਾਲੇ ਨਾਲ ਵੀ ਇਹ ਆ ਰਿਹਾ ਕਿ ਸੈਂਟਰ ਗੌਰਮੈਂਟ ਕੁਛ ਨਾ ਕੁਛ ਐਸਾ ਲਿਆ ਰਹੀ ਹੈ ਕਿ ਦਿੱਲੀ ਗੌਰਮੈਂਟ ਜਿਹਦੇ ਕੋਲ ਲਾਅ ਐਂਡ ਆਰਡਰ ਤਾਂ ਪਹਿਲਾਂ ਹੀ ਨਹੀਂ ਹੈ ਉਹ ਸੈਂਟਰ ਕੋਲ ਹੈ ਪਰ ਉਹਦੀਆਂ ਦੂਸਰੀਆਂ ਪਾਵਰਸ ਵੀ ਉਹ ਰਿਡਿਊਸ ਕਰਨਾ ਚਾਹੁੰਦੇ ਨੇ ਸੋ ਕੁਛ ਨਾ ਕੁਛ ਇਹਦਾ ਅਫਿੰਗ ਹੈ ਜਿਹੜਾ ਔਰ ਇਸ ਨੂੰ ਹੀ ਡਾਕਟਰ ਕਮਲ ਅਰੋੜਾ ਉਹਨਾਂ ਨੇ ਇੱਕ ਟਵੀਟ ਕੀਤਾ ਸੋ ਆਈ ਰੋਟ ਮਾਈ PhD ਡਿਸਰਟੇਸ਼ਨ ਔਨ ਏ ਜੈਨੋਸਾਈਡ ਕਿ ਇਹਨਾਂ ਨੇ ਜੈਨੋਸਾਈਡ ਦੇ ਵਿੱਚ PhD ਕੀਤੀ ਹੋਈ ਹੈ ਇਹੀ ਉਹਨਾਂ ਦਾ ਰਿਸਰਚ ਵਰਕ ਸੀ ਐਂਡ ਸਪੈਂਟ ਏ ਲੋਟ ਆਫ ਟਾਈਮ ਥਿੰਕਿੰਗ ਅਬਾਊਟ ਵਟ ਐਗਜੈਕਟਲੀ ਇਹ ਜੈਨੋਸਾਈਡ ਇਜ਼ ਕਿ ਨਸਲਕੁਸ਼ੀ ਕੀ ਹੁੰਦੀ ਹੈ ਉਹਨਾਂ ਦੀ ਆਪਣਾ ਸਪੈਸ਼ਲਿਟੀ ਹੈ ਦਿਸ ਇਜ਼ ਜੈਨੋਸਾਈਡਲ ਲੈਂਗੁਏਜ ਥੱਲੇ ਉਹਨਾਂ ਨੇ ਉਹਦਾ ਕੰਗਨਾ ਰਨੌਤ ਦਾ ਟਵੀਟ ਦਿੱਤਾ ਉਹਨੇ ਕਿਹਾ ਦਿਸ ਇਜ਼ ਜੈਨੋਸਾਈਡਲ ਲੈਂਗੁਏਜ ਇਟ ਐਡਵੋਕੇਟਸ ਫਾਰ ਅਰੈਡੀਕੇਟਿੰਗ ਇਹ ਕੈਟਾਗਰੀ ਆਫ ਪੀਪਲ ਪਲੀਜ਼ ਰਿਪੋਰਟ ਹਰ ਟਵੀਟ ਉਹਨਾਂ ਨੇ ਕਿਹਾ ਕਿ ਇਹ ਬੜਾ ਖਤਰਨਾਕ ਹੈ ਮੈਂ ਇਹਦੀ PhD ਹੈ ਮੈਂ ਸੋਚ ਰਹੀ ਹਾਂ ਕਿ ਇਹ ਜੈਨੋਸਾਈਡਲ ਲੈਂਗੁਏਜ ਹੈ ਔਰ ਇਹ ਜਿਹੜਾ ਹਾਲਾਂ ਉਹਨਾਂ ਨੇ ਉਹਦੇ ਦੋ ਟਵੀਟ ਡਿਲੀਟ ਕੀਤੇ ਨੇ ਟਵਿੱਟਰ ਨੇ ਪਰ ਮੈਨੂੰ ਤਾਂ ਉਹ ਵੈਦਰ ਉਹ ਹੈ ਹੀ ਜਿਹਨੂੰ ਕਿਹਾ ਸੀ ਉਹਨੇ ਦਿਲਜੀਤ ਨੇ ਕਿ ਵੀ ਜਾਤ ਦੀ ਕੋਢ ਕਿਰਲੀ ਸ਼ਤੀਰਾਂ ਨੂੰ ਜੱਫੇ ਹੁਣ ਕੋਈ ਇਹਦੇ 'ਤੇ ਇਹ ਨਾ ਕਹਿਦਾ ਜੇ ਤੁਸੀਂ ਜਾਤ ਦੀ ਗੱਲ ਕੀਤੀ ਮਤਲਬ ਇਹ ਹੈ ਕਿ ਵੀ ਇਹ ਸ਼ਤੀਰੀ ਬਹੁਤ ਵੱਡੀ ਹੁੰਦੀ ਹੈ ਰੈਪਟਾਇਲ ਉਹਦੇ ਉੱਤੇ ਤਾਂ ਚੱਲ ਸਕਦਾ ਪਰ ਉਹ ਕਰਕੇ ਕਹੇ ਜੀ ਮੈਂ ਤਾਂ ਜੱਫਾ ਪਾ ਕੇ ਥੱਲੇ ਸ਼ਤੀਰੀ ਨੂੰ ਸੁੱਟ ਲਿਆ ਇਵੇਂ ਨਹੀਂ ਹੈ ਸੋ ਇੱਕ ਐਕਸਪ੍ਰੈਸ਼ਨ ਹੈ ਸੋ ਜਿਸ ਲੈਵਲ ਦਾ ਇਹਦਾ ਹੈ ਨਾ ਇਹ ਐਕਟਰ ਹੈ ਨਾ ਇਹ ਤਾਂ ਮੈਂਟਲੀ ਸਿੱਖ ਹੈ ਔਰਤ ਲੇਕਿਨ ਇਸ ਕਿਸੇ ਅਰਨਾਬ ਗੋਸਵਾਮੀ ਵੀ ਮੈਂਟਲੀ ਸਿੱਖ ਇੱਦਾਂ ਦੇ ਕੰਮ ਜਿਹੜੇ ਪੈਸੇ ਲਈ ਗਰੀਡ ਲਈ ਕਰਦੇ ਨੇ ਮੈਂਟਲੀ ਸਿੱਖ ਲੋਕ ਹੀ ਕਰਦੇ ਨੇ ਜਾਂ ਸਾਈਕੋਪੈਥ ਜਾਂ ਨਾਰਸਿਸਿਸਟ ਕਰਦੇ ਨੇ ਜਿਹਨਾਂ ਦਾ ਦਿਮਾਗੀ ਤਵਾਜ਼ੁਨ ਨਹੀਂ ਹੁੰਦਾ ਲੇਕਿਨ ਇਹ ਜੋ ਦਿੱਲੀ ਹਕੂਮਤ ਦੇ ਪਾਵਰਸ ਅੱਗੋਂ ਖੋਣ ਦੀ ਲਾਈਨ ਦੇ ਥੱਲੇ ਜਿਹਨੂੰ ਅਜੇ ਤੱਕ ਸੈਂਟਰ ਨੇ ਡਿਨਾਈ ਨਹੀਂ ਕੀਤਾ ਜਿਸ ਕਿਸਮ ਦੀ ਬੈਰੀਕੇਡਿੰਗ ਨੇਲਸ ਦੂਜੇ ਤੀਜੇ ਉਹ ਟਾਈਟ ਕਰਦੇ ਜਾ ਰਹੇ ਨੇ ਈਵਨ ਹਰਸਿਮਰਤ ਕੌਰ ਬਾਦਲ ਜਿਹੜੀ ਕਿ ਆਪਣੇ 12-13 MPs ਦੇ ਨਾਲ ਲੈ ਕੇ ਗਾਜ਼ੀਪੁਰ ਬਾਰਡਰ ਕਿਸਾਨਾਂ ਨੂੰ ਮਿਲਣ ਗਈ ਉਹਨੂੰ ਤੀਸਰੇ ਬੈਰੀਕੇਡ ਤੋਂ ਉਹਨਾਂ ਸਾਰੇ MPs ਨੂੰ ਰੋਕ ਲਿਆ ਗਿਆ ਉਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ ਜੇ ਅੱਜ ਇਹ ਹਾਲਤ ਹੈ ਤਾਂ ਮੈਨੂੰ ਇਹ ਲੱਗਦਾ ਕਿ ਸਮਥਿੰਗ ਵਰਸਟ ਇਜ਼ ਕਮਿੰਗ ਔਰ ਉਹ ਜਦੋਂ ਅਸੀਂ ਜੈਨੋਸਾਈਡ ਦੀ ਗੱਲ ਕਰ ਹੋਰ ਕੀ ਹੁੰਦਾ ਉਹਨਾਂ ਨੇ ਆਲਰੇਡੀ ਨਫ਼ਰਤ ਆਤੰਕਵਾਦੀ ਵਾਰ ਵਾਰ ਜਿਹੜਾ ਦਹਿਸ਼ਤਗਰਦ ਕਿਸਾਨਾਂ ਨੂੰ ਕਹਿਣਾ ਔਰ ਦੁਨੀਆ ਭਰ ਜਦੋਂ ਆਵਾਜ਼ ਉੱਠਦੀ ਹੈ ਉਹਨਾਂ ਨੂੰ ਇੰਡੀਆ ਦੇ ਖਿਲਾਫ਼ ਕੰਸਪੀਰੇਸੀ ਲੇਬਲ ਕਰਨਾ ਸੋ ਮੈਂ ਸਮਝਦਾ ਵੀ ਸਾਡੇ ਜਿੱਥੇ ਜਿੱਥੇ ਸੋਰ ਸਾਧਨ ਨੇ ਉਸ ਆਵਾਜ਼ ਨੂੰ ਚੁੱਕਣਾ ਬਣਦਾ ਜੋ ਹਾਲਾਤ ਨੇ ਜੋ ਉੱਥੋਂ ਨਜ਼ਰ ਆ ਰਿਹਾ ਇਹਨਾਂ ਦੇ ਇਰਾਦੇ ਜਿਹੜੇ ਨੇ ਉਹ ਨਾਜ਼ੀਆਂ ਵਾਂਗ ਇਹਨਾਂ ਦੀ ਅੱਖ ਜਿਹੜੀ ਹੈ ਉਹ ਮੈਲੀ ਹੈ ਔਰ ਇਹ ਕੋਈ ਨਾ ਕੋਈ ਕਿਸੇ ਹੱਦ ਤੱਕ ਵੀ ਜਾ ਕੇ ਜਿਹੜਾ ਉਹ ਨੁਕਸਾਨ ਕਰ ਸਕਦੇ ਜੀ ਡਾਕਟਰ ਸਾਹਿਬ ਨੋ ਡਾਊਟ ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਪਸੰਦ ਆਏ ਹੋਣਗੇ ਸੋ ਇੱਥੇ ਲੈਣੇ ਬ੍ਰੇਕ ਟੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਅਤੇ ਸਰੋਤਿਆਂ ਨੂੰ ਅਪੀਲ ਅਤੇ ਬੇਨਤੀ ਕਰਦੀ ਵਿਊਅਰਸ ਆ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ ਔਰ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv 'ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਡੋਨੇਟ ਕਰਨ ਲਈ ਬੈਂਕ ਅਕਾਊਂਟ ਜ਼ੈਲ ਹਰ ਕਿਸਮ ਦਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਦੀ ਵਰਤੋਂ ਵੀ ਕਰ ਸਕਦੇ ਹੋ TV84 ਦੇ ਨਾਮ 'ਤੇ ਚੈੱਕ ਬਣਾ ਕੇ ਸਾਨੂੰ ਤੁਸੀਂ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ 'ਤੇ 36-01-3737 ਲੌਂਗ ਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 516-619-1984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ sport@tv84.tv 'ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ ਸੋ ਇੱਥੇ ਲੈਂਦੇ ਹਾਂ ਬ੍ਰੇਕ ਵਿਊਅਰ 'ਚ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਜੁੜੇ ਰਹਿਣਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ